ਅਸੀਂ ਆਪਣੀ ਅਰਦਾਸ ਦੇ ਵਿੱਚ ਉਹਨਾਂ ਸਿੰਘਾਂ ਨੂੰ ਯਾਦ ਕਰਦੇ ਹਾਂ ਜਿਹੜੇ ਉਸ ਦੌਰ ਦੇ ਵਿੱਚ ਚੜਖੜੀਆਂ ਤੇ ਚੜੇ, ਔਰ ਉਹਨਾਂ ਦਾ ਤਾਲੁਕ ਜਿਹੜਾ ਸੀ ਭਾਈ ਸ਼ਾਹਬਾਜ਼ ਸਿੰਘ, ਭਾਈ ਸੁਬੇਗ ਸਿੰਘ, ਉਹਨਾਂ ਦਾ ਤਾਲੁਕ ਵੀ ਇਸੇ ਹੀ ਪਿੰਡ ਦੇ ਨਾਲ ਸੀ ਜਿਹੜੇ ਪਿੰਡ ਮੈਂ ਖੜ੍ਹਾ ਵਾਂ। ਗੁਰਦੁਆਰਾ ਸਾਹਿਬ ਦੀ ਥੱਲੇ ਵਾਲੀ ਇਮਾਰਤ ਹੈ, ਬਿਲਕੁਲ ਠੀਕ ਠਾਕ ਹੈ, ਔਰ 70 ਵਰੇ ਗੁਜ਼ਰਨ ਦੇ ਬਾਵਜੂਦ ਜਿਹੜਾ ਹੈ ਇਹ ਬਿਲਕੁਲ ਜ਼ਬਰਦਸਤ ਨੇ। ਇਹਦੇ ਪਿੱਲਰ ਵੇਖੋ ਇਸੇ ਤਰ੍ਹਾਂ ਲੱਗ ਰਿਹਾ ਜਿਸ ਤਰ੍ਹਾਂ ਇਹ ਕੱਲ੍ਹ ਤਾਮੀਰ ਕੀਤੀ ਗਈ ਹੋਵੇ। ਕਿੰਨੀ ਕੁ ਖੂਬਸੂਰਤ ਉਸ ਵੇਲੇ ਇਹਦੇ ਉੱਪਰ ਕੰਮ ਕੀਤਾ ਗਿਆ ਸੀ, ਪਰ ਇਹ ਸਭ ਕੁਛ ਜਿਹੜਾ ਹੈ ਉਹ ਆਲਮੋਸਟ ਖਤਮ ਹੋ ਚੁੱਕਿਆ। ਮੇਰਾ ਖਿਆਲ ਹੈ ਗੁਰਦੁਆਰੇ ਦਾ ਮੇਨ ਦਰਵਾਜ਼ਾ ਸੀ, ਅੰਦਰ ਇਸ ਤਰ੍ਹਾਂ ਜਾਪ ਰਿਹਾ ਹੈ ਕਿ ਜਿਵੇਂ ਕੋਈ ਅੰਦਰ ਅੱਗ ਲੱਗੀ ਸੀ। ਬਿਲਕੁਲ ਹਰ ਚੀਜ਼ ਜਿਹੜੀ ਹੈ ਇਹ ਵੇਖੋ ਜੀ, ਇੱਥੇ ਕੁਛ ਪਿੱਲਰ ਵੀ ਡਿੱਗ ਗਏ ਨੇ, ਸੋ ਉਸ ਪਾਸੇ ਵੀ ਪਿੱਲਰ ਡਿੱਗ ਰਹੇ ਨੇ। ਸੋ ਇਹ ਬੜੀ ਦੁਖੀ ਹਿਰਦੇ ਨਾਲ ਕਹਿਣਾ ਪੈਂਦਾ ਕਿ ਇਮਾਰਤ ਦਾ ਉੱਪਰ ਵਾਲਾ ਹਿੱਸਾ ਕਿਸੇ ਟਾਈਮ ਵੀ ਡਿੱਗ ਸਕਦਾ, ਉਹਦੀ ਛੱਤ ਵੀ ਡਿੱਗ ਸਕਦੀ ਹੈ। ਨਾ ਕਿ ਆਲੀਸ਼ਾਨ ਖੂਬਸੂਰਤ ਅੰਦਰ ਦਾ ਇਹ ਨਜ਼ਾਰਾ ਹੈ ਜੋ ਲਹਿੰਦੇ ਪੰਜਾਬ ਦੇ ਵਿੱਚ ਬਾਕੀ ਗੁਰਦੁਆਰਿਆਂ 'ਚ ਨਹੀਂ ਮਿਲਦਾ। ਔਰ ਇਸੇ ਤਰ੍ਹਾਂ ਅਗਰ ਤੁਸੀਂ ਥੱਲੇ ਵੇਖ ਸਕੋ ਤਾਂ ਆਲ ਦੁਆਲ ਦੇ ਲੋਕਾਂ ਨੇ ਇੱਥੇ ਕਾਫੀ ਗੰਦ ਵਗੈਰਾ ਸਿੱਟਿਆ ਹੋਇਆ ਹੈ। ਇੱਥੇ ਇਹ ਕੂਆਂ ਹੈਗਾ ਸੀ। ਅੱਛਾ, ਇਸ ਜਗ੍ਹਾ 'ਤੇ ਨਾ ਜੀ ਬਿਲਕੁਲ ਬਣਿਆ ਵੀ ਹੋਇਆ, ਇਹ ਕੂਆਂ ਹੈਗਾ। ਇੱਥੇ ਵੀ ਇੱਕ ਇਮਾਰਤ ਸੀ ਇਸ ਜਗ੍ਹਾ 'ਤੇ, ਬਸ ਉਹ ਮੌਸਮੀ ਸਰਕਲ ਦੀ ਵਜ੍ਹਾ ਤੋਂ ਨਾ ਬਸ ਡਿੱਗ ਡੁੱਗ ਪਈ ਵੀ ਨਾ ਸੰਭਾਲਣ ਦੀ ਵਜ੍ਹਾ। ਇਹਨੂੰ ਮੇਰਾ ਸਰਦਾਈ ਵਗੈਰਾ ਟਾਈਪ ਦਾ ਨਾ ਇੱਕ ਕੁੰਡਾ ਜਿਹਾ ਰੱਖਦੇ ਸੀ ਇੱਥੇ। ਅੱਛਾ, ਇਸ ਜਗ੍ਹਾ 'ਤੇ ਨਾ ਜੀ ਉਹ ਹਾਲੀ ਵੀ ਨਾ ਇਹਨੂੰ ਅਗਰ ਕਰਾਂਗੇ ਨਾ ਜੀ ਤੂੰ ਉਸੇ ਸੂਰਤ ਵਿੱਚ ਹੀ ਨਿਕਲੇਗੀ। ਜਗ੍ਹਾ 'ਤੇ ਨਾ ਇੱਕ ਚਬੂਤਰਾ ਜਿਹਾ ਬਣਿਆ ਸੀ ਉਹ ਜਿਹੜਾ ਨਾ ਕਿ ਜੋ ਮੈਂ ਦੇਖਿਆ ਹੈਗਾ। ਅੱਛਾ, ਪਾਲਕੀ ਸਾਹਿਬ ਅਸੀਂ ਉਹਨੂੰ ਕਹਿੰਦੇ। ਜੀ 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 ਹਾਂਜੀ। ਇੱਥੇ ਇੱਕ ਨਾ ਜੋ ਹੁੰਦਾ ਸੀ ਇੱਕ ਨਾ ਲੋਹੇ ਦਾ ਪਾਈਪ ਸੀ ਇਸ ਜਗ੍ਹਾ 'ਤੇ। ਅੱਛਾ, ਔਰ ਯਾਨੀ ਕਿ ਇਹ ਉਹ ਆਖਰੀ ਮੰਜ਼ਿਲ ਹੈ ਨਾ ਜਿਹੜੀ ਜੀ, ਉਹਦੇ ਤੋਂ ਤਕਰੀਬਨ 6-7 ਫੁੱਟ ਉੱਤੇ ਹੈ। ਨਿਸ਼ਾਨ ਸਾਹਿਬ ਦੀ ਗੱਲ ਕਰ ਰਹੇ ਹਾਂ? ਜੀ ਜੀ। ਅੱਛਾ, ਇਹ ਅੰਦਰ ਵਾਲੀ ਸਾਈਡ ਤੇ ਸੀ ਨਿਸ਼ਾਨ ਸਾਹਿਬ? ਬਾਹਰ ਵਾਲੀ ਸਾਈਡ? ਨਹੀਂ ਅੰਦਰ ਵਾਲੀ ਸਾਈਡ ਤੇ। ਅੱਛਾ, ਅੰਦਰ ਵਾਲੀ ਸਾਈਡ ਤੇ ਉਹ ਤਕਰੀਬਨ ਉਹ ਹੈ ਸੀ ਤਕਰੀਬਨ ਕੋਈ 6 ਇੰਚ ਚੌੜਾ ਸੀ। ਹਾਂਜੀ, ਔਰ ਉਹ ਤੋੜ ਉੱਤੇ ਤੱਕ ਸੀ ਜੀ। ਅੱਛਾ, ਲੋਕ ਪਟ ਕੇ ਲੈ ਗਏ? ਹਾਂ ਬਿਲਕੁਲ, ਉਸ ਪਾਸੇ ਵੀ ਛੱਤ। ਔਰ ਮੈਂ ਇੱਥੇ ਰਿਕੁਐਸਟ ਕਰਨਾ ਚਾਹਾਂਗਾ ਉਹਨਾਂ ਲੋਕਾਂ ਦੇ ਅੱਗੇ ਜਿਹੜੇ ਲਹਿੰਦੇ ਪੰਜਾਬ ਤਾਂ ਆਉਂਦੇ ਨੇ ਲੇਕਿਨ ਵਿਛੜੇ ਹੋਏ ਇਹ ਗੁਰਤਾਮ ਨਹੀਂ ਵੇਖ ਸਕਦੇ। ਅਮੂਮਨ ਉਹ ਉਹਨਾਂ ਹੀ ਗੁਰਦੁਆਰਿਆਂ ਤੱਕ ਜਾਂਦੇ ਨੇ ਜਿਹੜੇ ਗੁਰਦੁਆਰੇ ਆਲਰੇਡੀ ਠੀਕ ਨੇ ਜਾਂ ਉਹ ਗੁਰਦੁਆਰਾ ਸਾਹਿਬ ਚੱਲ ਰਹੇ ਨੇ। ਵੇਖੋ, ਇਹ ਗੱਲ ਮੈਂ ਇਸ ਕਰਕੇ ਕਰ ਰਿਹਾ ਕਿ ਅਗਰ ਤੁਸੀਂ ਇਹਨਾਂ ਅਸਥਾਨਾਂ 'ਤੇ ਆਓਗੇ ਤਾਂ ਇਹਨਾਂ ਲੋਕਾਂ ਨੂੰ ਵੀ ਇੱਥੋਂ ਦੇ ਵਸਿੰਦੇ ਲੋਕਾਂ ਨੂੰ ਵੀ ਪਤਾ ਲੱਗੇਗਾ ਕਿ ਇਹ ਅਸਥਾਨ ਜਿਹੜੇ ਨੇ ਸਾਡੇ ਲਈ ਕਿੰਨੇ ਕੁ ਅਹਿਮ ਨੇ। ਸਾਰਿਆਂ ਹੀ ਸਰੋਤਿਆਂ ਨੂੰ ਬਹੁਤ ਸਾਰਾ ਸਲਾਮ ਅਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਜਿਸ ਤਰ੍ਹਾਂ ਆਪ ਸਭ ਜਾਣਦੇ ਹੋ ਕਿ ਇੱਕ ਕੋਸ਼ਿਸ਼ ਅਸੀਂ ਸ਼ੁਰੂ ਕੀਤੀ ਹੈ ਧਰਮਸ਼ਾਲ ਸੀਰੀਜ਼ ਦੇ ਨਾਮ 'ਤੇ ਕਿ ਜਿਹੜੇ ਵੀ ਲਹਿੰਦੇ ਪੰਜਾਬ ਦੇ ਵਿੱਚ ਜਿਹੜੇ ਸਾਡੇ ਵਿਛੜੇ ਅਸਥਾਨ ਨੇ ਜਿਨ੍ਹਾਂ ਲਈ ਅਸੀਂ ਦੁਨੀਆ ਦੇ ਵਿੱਚ ਕਿੱਥੇ ਵੀ ਸਿੱਖ ਹੋਵੇ ਤਾਂ ਉਹ ਅਰਦਾਸ ਜ਼ਰੂਰ ਕਰਦਾ ਹੈ ਉਹਦੇ ਖੁੱਲ੍ਹੇ ਦਰਸ਼ਨ ਦੀਦਾਰੇ ਲਈ। ਅੱਜ ਅਸੀਂ ਇੱਕ ਐਸੀ ਜਗ੍ਹਾ 'ਤੇ ਮੌਜੂਦ ਹਾਂ ਜਿਹਦਾ ਇਤਿਹਾਸ ਬਹੁਤ ਹੀ ਪਿਆਰਾ ਹੈ, ਬਹੁਤ ਹੀ ਖੂਬਸੂਰਤ ਹੈ, ਲੇਕਿਨ ਮੌਜੂਦਾ ਇਸ ਗੁਰਦੁਆਰਾ ਸਾਹਿਬ ਦੇ ਹਾਲਾਤ ਬਹੁਤ ਹੀ ਮਾੜੇ ਹਨ। ਅਸੀਂ ਆਪਣੇ ਅਰਦਾਸ ਦੇ ਵਿੱਚ ਜ਼ਰੂਰ ਯਾਦ ਕਰਦੇ ਹਾਂ ਉਹਨਾਂ ਗੁਰਸਿੱਖਾਂ ਨੂੰ ਜਿਨ੍ਹਾਂ ਨੇ ਸਿੱਖ ਧਰਮ ਲਈ, ਸਾਡੀ ਇਸ ਦਸਤਾਰ ਲਈ, ਸਾਡੀ ਵੱਖਰੀ ਹੋਂਦ ਲਈ ਉਸ ਵੇਲੇ ਕੁਰਬਾਨੀਆਂ ਦਿੱਤੀਆਂ, ਸ਼ਹਾਦਤਾਂ ਦਿੱਤੀਆਂ। ਅਸੀਂ ਆਪਣੀ ਅਰਦਾਸ ਦੇ ਵਿੱਚ ਉਹਨਾਂ ਸਿੰਘਾਂ ਨੂੰ ਯਾਦ ਕਰਦੇ ਹਾਂ ਜਿਹੜੇ ਉਸ ਦੌਰ ਦੇ ਵਿੱਚ ਚੜਖੜੀਆਂ 'ਤੇ ਚੜੇ, ਔਰ ਉਹਨਾਂ ਦਾ ਤਾਲੁਕ ਜਿਹੜਾ ਸੀ ਭਾਈ ਸ਼ਾਹਬਾਜ਼ ਸਿੰਘ, ਭਾਈ ਸੁਬੇਗ ਸਿੰਘ, ਉਹਨਾਂ ਦਾ ਤਾਲੁਕ ਵੀ ਇਸੇ ਹੀ ਪਿੰਡ ਦੇ ਨਾਲ ਸੀ ਜਿਹੜੇ ਪਿੰਡ ਮੈਂ ਖੜ੍ਹਾ ਵਾਂ। ਇਸ ਪਿੰਡ ਦਾ ਨਾਂ ਹੈ ਜੀ ਜੰਬਰ ਕਲਾਂ, ਜ਼ਿਲ੍ਹਾ ਕਸੂਰ ਦਾ ਇਹ ਪਿੰਡ ਹੈ। ਵੈਸੇ ਤਾਂ ਇਹ ਗੁਰੂ ਘਰ ਦਾ ਨਾਮ ਹੈ, ਗੁਰਦੁਆਰਾ ਦੁੱਖ ਨਿਵਾਰਨ ਸਾਹਿਬ, ਗੁਰਦੁਆਰਾ ਥੰਮ ਸਾਹਿਬ ਵੀ ਇਹਨੂੰ ਆਖਿਆ ਜਾਂਦਾ ਹੈ। ਇੱਥੇ ਇਹ ਗੁਰਦੁਆਰਾ ਸਾਹਿਬ ਜਿਹੜਾ ਹੈ ਇਹ ਯਾਦ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ। ਜਦੋਂ ਗੁਰੂ ਅਰਜਨ ਦੇਵ ਜੀ ਮਹਾਰਾਜ
ਅੰਮ੍ਰਿਤਸਰ ਸਾਹਿਬ ਤੋਂ ਨਨਕਾਣਾ ਸਾਹਿਬ ਵੱਲ ਆਏ ਤਾਂ ਉਹ ਉਸ ਵੇਲੇ ਇਸ ਪਿੰਡ ਦੇ ਵਿੱਚ ਜਿਹੜਾ ਹੈ ਉਹਨਾਂ ਨੇ ਕਿਆਮ ਕੀਤਾ ਔਰ ਉਸੇ ਹੀ ਯਾਦ ਦੇ ਵਿੱਚ ਇਸ ਗੁਰਦੁਆਰਾ ਸਾਹਿਬ ਨੂੰ ਬੜੀ ਹੀ ਸ਼ਰਧਾ ਦੇ ਨਾਲ, ਬੜੀ ਹੀ ਭਾਵਨਾ ਦੇ ਨਾਲ ਉਸ ਵੇਲੇ ਦੀਆਂ ਸੰਗਤਾਂ ਨੇ ਜਿਹੜਾ ਹੈ ਉਹ ਬਣਾਇਆ। ਸੋ ਇੱਕ ਲੰਬਾ ਚੌੜਾ ਇਸ ਪਿੰਡ ਦਾ ਇਤਿਹਾਸ ਰਿਹਾ ਹੈ, ਕਿਉਂਕਿ ਜਦੋਂ ਨਵਾਬ ਕਪੂਰ ਸਿੰਘ ਨੂੰ ਨਵਾਬੀ ਦਾ ਖਿਤਾਬ ਮਿਲਿਆ ਉਹਦੇ ਵਿੱਚ ਬੜਾ ਅਹਿਮ ਕਿਰਦਾਰ ਅਦਾ ਕੀਤਾ ਸੀ ਭਾਈ ਸ਼ਾਹਬਾਜ਼ ਸਿੰਘ ਜੀ ਨੇ। ਔਰ ਇਹ ਇਸੇ ਕਰਕੇ ਇਸ ਪਿੰਡ ਦੇ ਮੁਖਤਲਿਫ ਬਹੁਤ ਸਾਰੇ ਪਹਿਲੂ ਨੇ ਜੋ ਮੈਂ ਵੱਖ ਵੱਖ ਦੱਸ ਰਿਹਾ। ਇਸੇ ਤਰ੍ਹਾਂ ਜਦੋਂ ਭਾਈ ਬੰਨੂ ਜੀ ਦੀ ਬੀੜ ਤਿਆਰ ਕੀਤੀ ਗਈ ਤਾਂ ਉਹਦੀਆਂ ਵੀ ਕੁਛ ਇਤਿਹਾਸਕਾਰਾਂ ਦਾ ਖਿਆਲ ਹੈ ਕਿ ਉਹ ਵੀ ਇਸ ਪਿੰਡ ਦੇ ਵਿੱਚ ਲਿਆਂਦੀਆਂ ਗਈਆਂ ਜਾਂ ਇਸ ਪਿੰਡ ਦੇ ਵਿੱਚ ਉਹ ਮੌਜੂਦ ਸਨ 1947 ਤੋਂ ਪਹਿਲੇ। ਲੇਕਿਨ ਇੱਥੋਂ ਦੇ ਲੋਕ 1947 ਦੇ ਵਿੱਚ ਇੱਥੋਂ ਕਿਸ ਤਰ੍ਹਾਂ ਗਏ ਨੇ, ਇਸ ਗੁਰਦੁਆਰੇ ਦਾ ਕੀ ਹਾਲ ਹੈ ਔਰ ਉਹ ਬੀੜਾਂ ਕਿੱਥੇ ਹਨ ਔਰ ਬਹੁਤ ਸਾਰਾ ਹੋਰ ਇਤਿਹਾਸ ਜੋ ਇਸ ਪਿੰਡ ਦੇ ਨਾਲ ਜੁੜਿਆ ਹੈ, ਆਓ ਸਭ ਦੇ ਉੱਪਰ ਥੋੜ੍ਹਾ ਥੋੜ੍ਹਾ ਵਿਚਾਰਧਾਰਾ ਕਰਦੇ ਹਾਂ, ਸਭ ਨੂੰ ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਸੋ ਆਓ ਪਹਿਲੇ ਵੇਖਦੇ ਹਾਂ ਗੁਰੂ ਘਰ, ਫਿਰ ਆਪਾਂ ਲੱਭਣ ਦੀ ਕੋਸ਼ਿਸ਼ ਕਰਾਂਗੇ ਇੱਥੋਂ ਦੇ ਵਸੇਂਦੇ ਲੋਕਾਂ ਨੂੰ। ਔਰ ਇਸ ਵੀਡੀਓ ਰਾਹੀਂ ਉਹਨਾਂ ਲੋਕਾਂ ਅੱਗੇ ਰਿਕੁਐਸਟ ਹੈ ਜਿਹੜੇ ਲੋਕ ਇੱਥੋਂ ਉੱਠ ਕੇ ਗਏ ਨੇ, ਕਿਉਂਕਿ ਉਹ ਜ਼ਿਆਦਾ ਬਿਹਤਰ ਦੱਸ ਸਕਦੇ ਨੇ। ਕੁਛ ਲੋਕਾਂ ਦਾ ਇਹ ਵੀ ਖਿਆਲ ਹੈ ਕਿ ਭਾਈ ਸ਼ਾਹਬਾਜ਼ ਸਿੰਘ, ਭਾਈ ਸੁਬੇਕ ਸਿੰਘ ਦੀ ਜਿਹੜੀ ਚੌਥੀ ਨਸਲ ਸੀ ਉਹ 1947 ਦੇ ਵਿੱਚ ਇੱਥੇ ਆਬਾਦ ਸੀ। ਲੇਕਿਨ ਪਿੰਡ ਇੰਨਾ ਤਬਦੀਲ ਹੋ ਗਿਆ ਹੈ, ਇਹ ਪਿੰਡ ਹੁਣ ਪਿੰਡ ਨਹੀਂ ਰਿਹਾ, ਇਹ ਹੁਣ ਸ਼ਹਿਰ ਬਣ ਗਿਆ ਹੈ। ਸੋ ਉਸ ਘਰ ਨੂੰ ਲੱਭਣਾ ਮੇਰਾ ਖਿਆਲ ਹੈ ਬਹੁਤ ਜ਼ਿਆਦਾ ਮੁਸ਼ਕਲ ਹੈ। ਅਸੀਂ ਥੋੜ੍ਹੀ ਬਹੁਤ ਕੋਸ਼ਿਸ਼ ਵੀ ਕੀਤੀ ਪੁਰਾਣੇ ਬਜ਼ੁਰਗਾਂ ਨੂੰ ਲੱਭਣ ਦੀ, ਹਜੇ ਕੋਸ਼ਿਸ਼ ਜਾਰੀ ਵੀ ਹੈ। ਇੱਕ ਹੋਰ ਮੈਂ ਇੱਥੇ ਰਿਕੁਐਸਟ ਕਰਨਾ ਚਾਹਾਂਗਾ ਉਹਨਾਂ ਲੋਕਾਂ ਦੇ ਅੱਗੇ ਜਿਹੜੇ ਲੈਂਦੇ ਪੰਜਾਬ ਤਾਂ ਆਉਂਦੇ ਨੇ ਲੇਕਿਨ ਵਿਛੜੇ ਹੋਏ ਇਹ ਗੁਰਤਾਮ ਨਹੀਂ ਵੇਖ ਸਕਦੇ। ਅਮੂਮਨ ਉਹ ਉਹਨਾਂ ਹੀ ਗੁਰਦੁਆਰਿਆਂ ਤੱਕ ਜਾਂਦੇ ਨੇ ਜਿਹੜੇ ਗੁਰਦੁਆਰੇ ਆਲਰੇਡੀ ਠੀਕ ਨੇ ਜਾਂ ਉਹ ਗੁਰਦੁਆਰਾ ਸਾਹਿਬ ਚੱਲ ਰਹੇ ਨੇ। ਵੇਖੋ ਇਹ ਗੱਲ ਮੈਂ ਇਸ ਕਰਕੇ ਕਰ ਰਿਹਾ ਕਿ ਅਗਰ ਤੁਸੀਂ ਇਹਨਾਂ ਅਸਥਾਨਾਂ 'ਤੇ ਆਓਗੇ ਤਾਂ ਇਹਨਾਂ ਲੋਕਾਂ ਨੂੰ ਵੀ, ਇੱਥੋਂ ਦੇ ਵਸੇਂਦੇ ਲੋਕਾਂ ਨੂੰ ਵੀ ਪਤਾ ਲੱਗੇਗਾ ਕਿ ਇਹ ਅਸਥਾਨ ਜਿਹੜੇ ਨੇ ਸਾਡੇ ਲਈ ਕਿੰਨੇ ਕੁ ਅਹਿਮ ਨੇ। ਸੋ ਬਹੁਤ ਸਾਰੇ ਲੋਕਾਂ ਨੂੰ ਇਹ ਪਤਾ ਹੀ ਨਹੀਂ ਹੈ ਕਿ ਇਹ ਜਗ੍ਹਾ ਸਾਡੀ ਹਿਸਟਰੀ ਦੇ ਵਿੱਚ ਕੀ ਹੈ। ਸੋ ਜਦੋਂ ਵੀ ਤੁਸੀਂ ਪਾਕਿਸਤਾਨ ਆਓ ਵਿਛੜੇ ਗੁਰਦੁਆਰਿਆਂ ਦੇ ਦਰਸ਼ਨ ਦੀਦਾਰੇ ਕਰਨ ਲਈ, ਸੋ ਇਹਨਾਂ ਗੁਰਦੁਆਰਿਆਂ ਦੇ ਦਰਸ਼ਨ ਦੀਦਾਰੇ ਜ਼ਰੂਰ ਕਰੋ। ਉਹਨਾਂ ਨੂੰ ਦੱਸੋ, ਇਹਨਾਂ ਥਾਵਾਂ ਨੂੰ ਟੈਗ ਕਰੋ, ਲਿਖੋ ਆਪਣੇ ਕੋਲ ਔਰ ਜਦੋਂ ਆਓ ਇਹਨਾਂ ਪਿੰਡਾਂ ਦੇ ਵਿੱਚ ਆਓ, ਇੱਥੇ ਦੇ ਲੋਕਾਂ ਨੂੰ ਮਿਲੋ ਔਰ ਨਾਲ ਦੇ ਨਾਲ ਇਹ ਅਸਥਾਨ ਵੀ ਵੇਖੋ, ਕਿਉਂਕਿ ਦੇਖੋ ਤੁਹਾਡੇ ਆਉਣ ਦੇ ਨਾਲ ਹੀ ਇਹ ਹੋ ਸਕਦਾ ਕਿ ਇਹ ਅਸਥਾਨ ਬਚ ਜਾਣ। ਇਸ ਵੇਲੇ ਇਹਨਾਂ ਅਸਥਾਨਾਂ ਦੀ ਹਾਲਤ ਜਿਹੜੀ ਹੈ ਉਹ ਬਹੁਤ ਜ਼ਿਆਦਾ ਖਰਾਬ ਹੈ, ਛੱਤਾਂ ਡਿੱਗਣ ਵਾਲੀਆਂ ਨੇ। ਵੇਖੋ ਉਸ ਦੌਰ ਦੇ ਵਿੱਚ ਕਿੰਨਾ ਆਲੀਸ਼ਾਨ ਸ਼ਾਨਦਾਰ ਗੁੰਬਦ ਜਿਹੜਾ ਹੈ ਉਹ ਤਿਆਰ ਕੀਤਾ ਗਿਆ। ਇਹ ਸਭ ਕੁਝ ਛੱਡਣਾ ਪਿਆ 1947 ਦੇ ਵਿੱਚ ਔਰ ਇਤਿਹਾਸ ਦੇ ਇਹ ਪੰਨੇ ਜਿਹੜੇ ਨੇ ਹਮੇਸ਼ਾ ਲਈ ਵਿਛੜ ਚੁੱਕੇ ਨੇ। ਸੋ ਇਹਦੇ ਵਿੱਚ ਇਹੀ ਹੋ ਸਕਦਾ ਹੈ ਕਿ ਅਗਰ ਤੁਹਾਡੇ ਜ਼ਿਹਨ ਦੇ ਵਿੱਚ ਹੈ ਕਿ ਇਹਨਾਂ ਥਾਵਾਂ ਨੂੰ ਬਚਾਇਆ ਜਾਵੇ, ਸੋ ਉਹਦੇ ਲਈ ਇਹ ਬਿਹਤਰ ਆਈਡੀਆ ਹੈ ਕਿ ਤੁਸੀਂ ਜਦੋਂ ਵੀ ਲੈਂਦੇ ਪੰਜਾਬ ਆਓ ਤਾਂ ਇਹਨਾਂ ਅਸਥਾਨਾਂ ਦੇ ਜ਼ਰੂਰ ਦਰਸ਼ਨ ਦੀਦਾਰੇ ਕਰਿਆ ਕਰੋ। ਸੋ ਆਓ ਚੱਲਦੇ ਹਾਂ, ਵੇਖਦੇ ਹਾਂ ਇਸ ਗੁਰਦੁਆਰੇ ਦੇ ਥੱਲੇ ਦੇ ਜੋ ਹਾਲਾਤ ਨੇ ਉਹ ਵੀ ਤੁਹਾਨੂੰ ਵਿਖਾਉਂਦੇ ਹਾਂ। ਸੋ ਜਿਹੜੀ
ਗੁਰਦੁਆਰਾ ਸਾਹਿਬ ਦੀ ਥੱਲੇ ਵਾਲੀ ਇਮਾਰਤ ਹੈ, ਬਿਲਕੁਲ ਠੀਕ ਠਾਕ ਹੈ ਔਰ 70 ਵਰੇ ਗੁਜ਼ਰਨ ਦੇ ਬਾਵਜੂਦ ਜਿਹੜਾ ਹੈ ਇਹ ਬਿਲਕੁਲ ਜ਼ਬਰਦਸਤ ਨੇ। ਇਹਦੇ ਪਿੱਲਰ ਵੇਖੋ ਇਸੇ ਤਰ੍ਹਾਂ ਲੱਗ ਰਹੇ ਆ ਜਿਸ ਤਰ੍ਹਾਂ ਇਹ ਕੱਲ੍ਹ ਤਾਮੀਰ ਕੀਤੀ ਗਈ ਹੋਵੇ। ਸੋ ਇਹ ਗੁਰਦੁਆਰਾ ਸਾਹਿਬ ਦਾ ਮੇਨ ਦਰਵਾਜ਼ਾ ਹੈ ਔਰ ਦਰਵਾਜ਼ੇ ਦੇ ਉੱਪਰ ਅਗਰ ਤੁਸੀਂ ਉੱਪਰ ਵੇਖ ਸਕੋ, ਜ਼ੂਮ ਕਰਕੇ ਅਗਰ ਤੁਹਾਨੂੰ ਵਿਖਾਇਆ ਜਾਵੇ ਤਾਂ ਵੇਖੋ ਕਿ ਗੁਰਦੁਆਰੇ ਦੇ ਇਸ ਸਾਈਡਾਂ ਦੇ ਉੱਪਰ ਜਿਹੜਾ ਹੈ ਉਹ ਬਹੁਤ ਹੀ ਖੂਬਸੂਰਤ ਪੇਂਟਿੰਗ ਫਰੈਸਕੋਜ਼ ਦਾ ਕੰਮ ਕੀਤਾ ਗਿਆ ਹੈ। ਜਦੋਂ ਆਪਾਂ ਬਾਹਰ ਦੀ ਦੁਨੀਆ 'ਚ ਵੇਖਦੇ ਹਾਂ ਤਾਂ ਇਹਨਾਂ ਚੀਜ਼ਾਂ ਦੀ ਕਾਫੀ ਜ਼ਿਆਦਾ ਕਦਰ ਹੈ। ਅਮੂਮਨ ਜਿਹੜੇ ਵੀ ਮਹਿਲ 'ਚ ਤੁਸੀਂ ਬਾਹਰ ਚਲੇ ਜਾਓ ਤਾਂ ਉਹਨਾਂ ਨੇ ਇਸ ਚੀਜ਼ ਨੂੰ ਪ੍ਰਜ਼ਰਵ ਕਰਕੇ ਰੱਖਿਆ ਹੈ, ਲੇਕਿਨ ਸਾਡੇ ਵਾਲੇ ਪਾਸੇ ਹਾਲਾਤ ਕੁਛ ਹੋਰ ਨੇ। ਅਸੀਂ ਸਮਝਦੇ ਹਾਂ ਕਿ ਜਿਹੜੀ ਇਹ ਸਿੱਖਾਂ ਦੀ ਇਮਾਰਤ ਹੈ ਨਾ ਕਿ ਇਹ ਵਿਰਾਸਤ ਜਿਹੜੀ ਹੈ ਉਹ ਪਾਕਿਸਤਾਨ ਦੀ ਹੈ ਜਾਂ ਪੰਜਾਬ ਦੀ ਹੈ। ਸੋ ਇਸ ਕਰਕੇ ਇਹਨਾਂ ਚੀਜ਼ਾਂ ਦਾ ਖਿਆਲ ਨਹੀਂ ਰੱਖਿਆ ਜਾਂਦਾ। ਅਗਰ ਤੁਸੀਂ ਵੇਖੋ ਇੱਥੇ ਇਹਦੇ ਉੱਪਰ ਕਿਸੇ ਨੇ ਮੇਰਾ ਖਿਆਲ ਚੂਨਾ ਕਰਤਾ, ਲੇਕਿਨ ਚੂਨੇ ਦੇ ਥੱਲੇ ਜਿਹੜਾ ਹੈ ਇਹ ਵੇਖੋ, ਇਹ ਲੋਕਾਂ ਨੇ ਇਹਦੇ ਉੱਪਰ ਨਾਮ ਲਿਖੇ ਨੇ। ਇਹ ਆਮ ਲੋਕਾਂ ਨੂੰ ਆਪਾਂ ਇਸ ਕਰਕੇ ਗਾਈਡ ਕਰੀਦਾ ਕਿ ਯਾਰ ਇਹ ਚੀਜ਼ਾਂ ਠੀਕ ਨਹੀਂ, ਇਮਾਰਤ ਇਹਦੇ ਨਾਲ ਬਰਬਾਦ ਹੋ ਜਾਂਦੀ। ਸੋ ਇਸੇ ਤਰ੍ਹਾਂ ਅਗਰ ਤੁਸੀਂ ਇਸ ਪਾਸੇ ਆਉਂਦੇ ਹੋ ਆ ਵੇਖੋ ਕਿੰਨੀ ਕੁ ਖੂਬਸੂਰਤ ਉਸ ਵੇਲੇ ਇਹਦੇ ਉੱਪਰ ਕੰਮ ਕੀਤਾ ਗਿਆ ਸੀ, ਪਰ ਇਹ ਸਭ ਕੁਛ ਜਿਹੜਾ ਹੈ ਉਹ ਆਲਮੋਸਟ ਖਤਮ ਹੋ ਚੁੱਕਿਆ। ਮੇਰਾ ਖਿਆਲ ਹੈ ਗੁਰਦੁਆਰੇ ਦਾ ਮੇਨ ਦਰਵਾਜ਼ਾ ਸੀ ਔਰ ਮੇਨ ਦਰਵਾਜ਼ਾ ਕਿਸੇ ਨੇ ਬੰਦ ਕਰ ਦਿੱਤਾ ਹੈ, ਉਸੇ ਕਰਕੇ ਬੰਦ ਕੀਤਾ ਗਿਆ ਕਿ ਆਮ ਲੋਕ ਨਾ ਜਾਣ, ਔਰ ਇਹਨਾਂ ਨੇ ਅੱਛਾ ਕੀਤਾ ਹੈ ਬੰਦ ਕਰਕੇ। ਲੇਕਿਨ ਇਹ ਵੇਖੋ ਕਿ ਜਿਹੜੀ ਇਹਦੀ ਸਾਈਡਾਂ ਦੇ ਉੱਪਰ ਇਹ ਤਰਾਸ਼ ਕੇ ਪੱਥਰ ਤਰਾਸ਼ ਕੇ ਬਣਿਆ ਹੋਇਆ, ਇਹ ਆਪਣੇ ਦੌਰ 'ਚ ਕਿੰਨਾ ਕੁ ਖੂਬਸੂਰਤ ਹੋਇਆ ਹੋਣਾ। ਮੈਨੂੰ ਇਹ ਜਾਪ ਰਿਹਾ ਕਿ ਉੱਪਰ ਜਿਹੜੀ ਤਖਤੀਆਂ ਨੇ ਉਹਦੇ ਉੱਪਰ ਕੋਈ ਗੁਰਬਾਣੀ ਵੀ ਸ਼ਾਇਦ ਲਿਖੀ ਹੋਈ ਹੈ, ਲੇਕਿਨ ਚੂਨਾ ਹੋਣ ਦੇ ਨਾਲ ਨਾਲ ਹੁਣ ਉਹ ਸ਼ਾਇਦ ਅਸੀਂ ਨਹੀਂ ਪੜ੍ਹ ਸਕਾਂਗੇ ਔਰ ਇਹ ਸਾਫ਼ ਵੀ ਨਹੀਂ ਹੋਵੇਗੀ। ਸੋ ਇਸੇ ਤਰ੍ਹਾਂ ਜਿਸ ਤਰ੍ਹਾਂ ਇਹਦੇ ਲਾਗੇ ਲਾਗੇ ਤੁਸੀਂ ਘੁੰਮਦੇ ਹੋ ਅਤੇ ਇੱਕ ਪੁਰਾਣੇ ਜ਼ਮਾਨੇ ਦੇ ਵਿੱਚ ਜਿਹੜਾ ਹੈ ਉਹ ਤੁਸੀਂ ਜਾ ਪਹੁੰਚਦੇ ਹੋ, ਕਿਉਂਕਿ ਵੇਖੋ ਇਹ ਜਿਹੜੀ ਇੱਟ ਹੈ ਇਹ ਵਾਲੀ ਇਹ ਨਾਨਕਸ਼ਾਹੀ ਇੱਟ ਹੈ। ਇੱਥੋਂ ਅੰਦਾਜ਼ਾ ਹੁੰਦਾ ਹੈ ਕਿ ਗੁਰਦੁਆਰਾ ਸਾਹਿਬ ਜਿਹੜਾ ਹੈ ਉਹ ਪੁਰਾਣਾ ਹੈ। ਹਾਂ, ਜਦੋਂ ਤੁਸੀਂ ਇਹ ਵਾਲੀ ਇੱਟ ਵੇਖਦੇ ਹੋ ਤਾਂ ਤੁਸੀਂ ਤੁਹਾਨੂੰ ਲੱਗੇਗਾ ਕਿ ਸ਼ਾਇਦ ਇਹ ਨਵੇਂ ਦੌਰ ਦੀ ਹੈ। ਸੋ ਹੋ ਸਕਦਾ ਹੈ ਦੋ ਮੁਖਤਲਿਫ ਅਦਵਾਰ ਦੇ ਵਿੱਚ ਇਹ ਗੁਰਦੁਆਰਾ ਸਾਹਿਬ ਬਣਿਆ ਹੋਵੇ। ਸੋ ਗੁਰਦੁਆਰਾ ਸਾਹਿਬ ਦੇ ਹੁਣ ਆਪਾਂ ਅੰਦਰ ਜਾਵਾਂਗੇ, ਕਿਉਂਕਿ ਗੁਰਦੁਆਰਾ ਸਾਹਿਬ ਦੀਆਂ ਦੋ ਸਾਈਡਾਂ ਦੇ ਉੱਪਰ ਪੌੜੀਆਂ ਬਣੀਆਂ ਨੇ ਅਲੱਗ ਅਲੱਗ। ਗੁਰਦੁਆਰਾ ਸਾਹਿਬ ਦੇ ਛੱਤ ਦੇ ਉੱਪਰ ਵੀ ਮੀਨਾਕਾਰੀ ਹੋਈ ਹੋਈ ਹੈ। ਆ ਵੇਖੋ ਇੱਥੇ ਫੁੱਲ ਬਣੇ ਹੋਏ ਨੇ, ਲੇਕਿਨ ਚੂੰਕਿ ਵਕਤ ਦੇ ਨਾਲ ਨਾਲ ਜਿਹੜਾ ਪ੍ਰਸਤਰ ਹੈ ਉਹ ਸਾਰਾ ਡਿੱਗ ਗਿਆ। ਇਸੇ ਤਰ੍ਹਾਂ ਇਹ ਵੇਖੋ ਇੱਥੇ ਵੀ ਇੱਕ ਫੁੱਲ ਬੂਟਾ ਬਣਿਆ ਹੋਇਆ। ਇਹ ਛੋਟੀਆਂ ਛੋਟੀਆਂ ਮੈਂ ਇਸ ਕਰਕੇ ਚੀਜ਼ਾਂ ਦੱਸ ਰਿਹਾ ਕਿ ਹੁਣ ਇਹੀ ਚੀਜ਼ਾਂ ਇੱਥੇ ਰਹਿ ਗਈਆਂ ਨੇ। ਅੰਦਰ ਇਸ ਗੁਰਦੁਆਰੇ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਚੂੰਕਿ ਕਾਫੀ ਜ਼ਿਆਦਾ ਹੁਣ ਹਨੇਰਾ ਹੈ, ਸੋ ਆਪਾਂ ਤੁਹਾਨੂੰ ਕੁਛ ਵੀ ਨਹੀਂ ਵਿਖਾ ਸਕਦੇ, ਲੇਕਿਨ ਅੰਦਰ ਇਸ ਤਰ੍ਹਾਂ ਜਾਪ ਰਿਹਾ ਹੈ ਕਿ ਜਿਵੇਂ ਕੋਈ ਅੰਦਰ ਅੱਗ ਲੱਗੀ ਸੀ। ਬਿਲਕੁਲ ਹਰ ਚੀਜ਼ ਜਿਹੜੀ ਹੈ ਇਹ ਵੇਖੋ ਜੀ, ਇਹ ਮੈਂ ਦੀਵਾਰ ਦੇ ਉੱਪਰ ਇੰਝ ਕਰਦਾ ਅਤੇ ਇਹ ਸੋ ਅੰਦਰ ਜਾਂ ਤਾਂ ਅੱਗ ਲਗਾਈ ਗਈ ਸੀ ਜਾਂ ਅੱਗ ਲੱਗ ਗਈ ਸੀ। ਕੁਛ ਚੀਜ਼ਾਂ ਇੱਥੇ ਅਲਮਾਰੀ ਬਣੀ ਹੋਈ ਹੈ, ਅਲਮਾਰੀ ਵੀ ਮੈਂ ਤੁਹਾਨੂੰ ਕੁਛ ਵੀ ਨਹੀਂ ਵਿਖਾ ਸਕਦਾ ਕਿਉਂਕਿ ਅੰਦਰ ਬਹੁਤ ਜ਼ਿਆਦਾ ਹਨੇਰਾ ਹੈ ਔਰ ਸਾਡੇ ਕੋਲ ਕੋਈ ਇਸ ਤਰ੍ਹਾਂ ਦੀ ਲਾਈਟ ਨਹੀਂ ਹੈ। ਲੇਕਿਨ ਇਸ ਗੁਰਦੁਆਰੇ ਦੇ ਦੋ ਸਾਈਡਾਂ ਦੇ ਉੱਪਰ ਜੋ ਮੈਂ ਆਪਣੀ ਅੱਖੀਂ ਵੇਖ ਰਿਹਾ ਕਿ ਦੋ ਸਾਈਡਾਂ ਦੇ ਉੱਪਰ ਸ਼ਾਇਦ ਗੁਟਕੇ ਰੱਖਣ ਲਈ ਜਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਕਿਉਂਕਿ ਪੁਰਾਣੇ ਜ਼ਮਾਨੇ ਦੇ ਵਿੱਚ ਹੁਣ ਸੁਖਾਸਨ ਸਾਹਿਬ 'ਚ ਰੱਖੇ ਜਾਂਦੇ ਨੇ, ਪਹਿਲੇ ਜਿਹੜਾ ਹੈ ਉਹ ਇਸ ਤਰ੍ਹਾਂ ਨਹੀਂ ਰੱਖਿਆ ਜਾਂਦਾ ਸੀ। ਸੋ ਇਸੇ ਤਰ੍ਹਾਂ ਇਹ ਇੱਕ ਨਾਯਾਬ ਔਰ ਖੂਬਸੂਰਤ ਇਮਾਰਤ ਹੈ। ਲੇਕਿਨ ਹੁਣ ਇਹਦੇ ਵਿੱਚ ਇਹ ਵੀਡੀਓਜ਼ ਆਪਾਂ ਦੋ ਚੀਜ਼ਾਂ ਕਰਕੇ ਬਣਾਉਂਦੇ ਹਾਂ। ਇੱਕ ਤਾਂ ਇਸ ਕਰਕੇ ਬਣਾਈ ਜਾਂਦੀ ਹੈ ਵੀਡੀਓ ਕਿ ਯਾਰ ਜਿਹੜੇ ਪੁਰਾਣੇ ਲੋਕ ਨੇ ਉਹਨਾਂ ਨੂੰ ਖੋਜਿਆ ਜਾਵੇ, ਦੂਸਰਾ ਜਿਹੜੇ ਲੋਕ ਇੱਥੇ ਰਹਿੰਦੇ ਨੇ ਇਹਨਾਂ ਨੂੰ ਵੀ ਪਤਾ ਲੱਗੇ ਕਿ ਇਹ ਇਮਾਰਤ ਜਿਹੜੀ ਹੈ ਇਹ ਦੇਖੋ ਇਹਦੀ ਹਿਸਟਰੀ 1745 ਦੇ ਨਾਲ ਜਾ ਮਿਲਦੀ ਹੈ। ਅਗਰ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਆਪਾਂ ਦੌਰ ਵੇਖੀਏ ਤਾਂ ਉਸ ਤੋਂ ਵੀ ਪਹਿਲਾਂ ਭਾਈ ਸ਼ਾਹਬਾਜ਼ ਸਿੰਘ, ਭਾਈ ਸੁਬੇਗ ਸਿੰਘ, ਚੂੰਕਿ 1745 ਦੇ ਵਿੱਚ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਸੀ, ਜਾਂ ਸੰਨ ਦੇ ਵਿੱਚ ਅਗਰ ਕੋਈ
ਅਗਾੜ ਪਿਛਾੜ ਹੋਵੇ ਤਾਂ ਮੈਂ ਉਹਦੀ ਮਾਫ਼ੀ ਮੰਗਦਾ। ਲੇਕਿਨ ਵੇਖੋ ਕਿ ਗੁਰਦੁਆਰੇ ਦੇ ਆਲ ਦੁਆਲ ਦੇ ਵਿੱਚ ਇਹ ਲੋਕ ਜਿਹੜੇ ਨੇ ਵਿਚਾਰਿਆਂ ਨੂੰ ਪਤਾ ਨਹੀਂ ਹੁੰਦਾ ਕਿ ਇਹ ਧਾਰਮਿਕ ਅਸਥਾਨ ਹੈ, ਉਹ ਵੀ ਇਤਿਹਾਸਕ ਧਰਮ ਅਸਥਾਨ ਹੈ। ਔਰ ਤੁਸੀਂ ਵੇਖੋ ਕਿ ਇਹਦੇ ਵਿੱਚ ਕਾਫ਼ੀ ਲੋਕਾਂ ਨੇ ਗੰਦ ਵਗੈਰਾ ਸਿੱਟਿਆ ਹੈ ਔਰ ਇੱਥੇ ਕਾਫ਼ੀ ਇੱਥੇ ਹੁਣ ਜਦੋਂ ਆਪਾਂ ਇਸ ਜਗ੍ਹਾ ਦੇ ਉੱਪਰ ਖੜ੍ਹੇ ਹੁੰਦੇ ਹਾਂ, ਇਹ ਵੇਖੋ ਜੀ ਇੱਥੇ ਕੁਛ ਪਿੱਲਰ ਵੀ ਡਿੱਗ ਗਏ ਨੇ। ਸੋ ਉਸ ਪਾਸੇ ਵੀ ਪਿੱਲਰ ਡਿੱਗ ਰਹੇ ਨੇ। ਸੋ ਇਹ ਬੜੀ ਦੁਖੀ ਹਿਰਦੇ ਨਾਲ ਕਹਿਣਾ ਪੈਂਦਾ ਕਿ ਇਮਾਰਤ ਦਾ ਉੱਪਰ ਵਾਲਾ ਹਿੱਸਾ ਕਿਸੇ ਟਾਈਮ ਵੀ ਡਿੱਗ ਸਕਦਾ ਹੈ, ਉਹਦੀ ਛੱਤ ਵੀ ਡਿੱਗ ਸਕਦੀ ਹੈ। ਔਰ ਇਹ ਇੱਥੋਂ ਦੇ ਲੋਕਾਂ ਨੂੰ ਰਿਕੁਐਸਟ ਹੈ ਕਿ ਪਲੀਜ਼ ਗੁਰਦੁਆਰਾ ਸਾਹਿਬ ਦੇ ਆਲ ਦੁਆਲੇ ਜਾਂ ਛੱਤ 'ਤੇ ਨਾ ਚੜਿਆ ਕਰੋ, ਕਿਉਂਕਿ ਕਿਸੇ ਟਾਈਮ ਵੀ ਜਿਹੜੀ ਹੈ ਉਹ ਇਮਾਰਤ ਜਿਹੜੀ ਹੈ ਉਹ ਡਿੱਗ ਸਕਦੀ ਹੈ। ਸੋ ਗੁਰਦੁਆਰੇ ਦੇ ਆਲ ਦੁਆਲ ਦੇ ਵਿੱਚ ਕਾਫ਼ੀ ਜ਼ਿਆਦਾ ਜਿਹੜੀ ਹੈ ਉਹ ਗੰਦਗੀ ਵਗੈਰਾ ਮੌਜੂਦ ਹੈ, ਜੋ ਇਹ ਵੇਖ ਕੇ ਦਿਲ ਵੀ ਬੰਦੇ ਦਾ ਖਰਾਬ ਹੁੰਦਾ। ਲੇਕਿਨ ਆਪਾਂ ਕੋਸ਼ਿਸ਼ ਕਰਦੇ ਹਾਂ ਕਿ ਇਹਨਾਂ ਲੋਕਾਂ ਨੂੰ ਜਿਹੜਾ ਹੈ ਉਹ ਥੋੜ੍ਹਾ ਬਹੁਤ ਦੱਸਿਆ ਜਾਵੇ ਕਿ ਇਹ ਬਹੁਤ ਹਿਸਟਰੀ ਦਾ ਤਗੜਾ ਪਾਰਟ ਹੈ। ਔਰ ਇਹ ਤੁਸੀਂ ਖੂਬਸੂਰਤ ਦਰਵਾਜ਼ੇ ਵੀ ਵੇਖ ਲਏ ਨੇ। ਸੋ ਆਓ ਹੁਣ ਆਪਾਂ ਕੋਸ਼ਿਸ਼ ਕਰਦੇ ਹਾਂ ਗੁਰਦੁਆਰੇ ਤੋਂ ਇਲਾਵਾ ਕਿ ਆਪਾਂ ਉਹਨਾਂ ਲੋਕਾਂ ਨੂੰ ਲੱਭੀਏ, ਕੋਈ ਪੁਰਾਣੇ ਇੱਥੋਂ ਦੇ ਵਸਿੰਦੇ ਲੋਕਾਂ ਨੂੰ ਲੱਭੀਏ। ਲੇਕਿਨ ਗੁਰਦੁਆਰੇ ਦੀ ਵੇਖੋ ਇਸ ਪਾਸੇ ਜਿਹੜੀ ਬਿਲਡਿੰਗ ਹੈ ਉਹ ਇੰਨੇ ਚੌੜੇ ਚੌੜੇ ਇਹਦੀ ਵੇਖੋ ਬਹੁਤ ਚੌੜੀਆਂ ਇਮਾਰਤਾਂ ਨੇ। ਅਸੀਂ ਗੁਰਦੁਆਰਾ ਸਾਹਿਬ ਦੇ ਫਸਟ ਫਲੋਰ 'ਤੇ ਆ ਗਏ ਹਾਂ ਔਰ ਤੁਸੀਂ ਵੇਖ ਸਕਦੇ ਹੋ ਕਿ ਛੱਤ ਦਾ ਬਹੁਤ ਹੀ ਮਾੜਾ ਹਾਲ ਹੈ ਔਰ ਇਹ ਛੱਤ ਜਿਹੜੀ ਹੈ ਕਿਸੇ ਟਾਈਮ ਵੀ ਡਿੱਗ ਸਕਦੀ ਹੈ, ਸਾਨੂੰ ਸਰੀਆ ਤੱਕ ਛੱਤ ਦੇ ਵਿੱਚ ਨਜ਼ਰ ਆ ਰਿਹਾ। ਆ ਵੇਖੋ ਜੀ ਗੁਰਦੁਆਰਾ ਸਾਹਿਬ ਦਾ ਇਹ ਜਿਹੜਾ ਅਸਥਾਨ ਹੈ ਇਹ ਪੁਰਾਣੀ ਇੱਟਾਂ ਦਾ ਜਿਹੜਾ ਹੈ ਉਹ ਤਾਮੀਰ ਕੀਤਾ ਗਿਆ ਹੈ, ਜਿਸ ਤੋਂ ਆਪਾਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਗੁਰਦੁਆਰਾ ਸਾਹਿਬ ਦੀ ਜਿਹੜੀ ਬਾਰ ਬਾਰ ਵਾਲੀ ਇਮਾਰਤ ਹੈ ਉਹ ਨਵੀਂ ਬਣੀ ਹੋਈ ਹੈ ਔਰ ਜਿਹੜੀ ਅੰਦਰੂਨੀ ਇਮਾਰਤ ਹੈ ਇਹ ਛੋਟੀ ਇੱਟ ਦੀ ਬਣੀ ਹੋਈ ਹੈ। ਔਰ ਅਗਰ ਤੁਹਾਨੂੰ ਅੰਦਰੋਂ ਵਿਖਾਈਏ ਤੁਸੀਂ ਵੇਖੋ ਕਿ ਕਿੰਨਾ ਕੁ ਆਲੀਸ਼ਾਨ ਖੂਬਸੂਰਤ ਅੰਦਰ ਦਾ ਇਹ ਨਜ਼ਾਰਾ ਹੈ ਜੋ ਲਹਿੰਦੇ ਪੰਜਾਬ ਦੇ ਵਿੱਚ ਬਾਕੀ ਗੁਰਦੁਆਰਿਆਂ 'ਚ ਨਹੀਂ ਮਿਲਦਾ। ਇੱਕ ਆਲੀਸ਼ਾਨ ਗੁੰਬਦ ਬਣਿਆ ਹੋਇਆ ਹੈ ਔਰ ਲੇਕਿਨ ਇਹਦੀਆਂ ਛੱਤਾਂ ਜਿਹੜੀਆਂ ਨੇ, ਇਸੇ ਕਰਕੇ ਆਪਾਂ ਇਹਨਾਂ ਗੁਰੂ ਘਰਾਂ 'ਚ ਆਉਂਦੇ ਹਾਂ ਕਿ ਇਹਦੀਆਂ ਛੱਤਾਂ ਵੇਖੋ ਲਗਭਗ ਇਹ ਗੁਰਦੁਆਰੇ ਦੀ ਜਿਹੜੀ ਉੱਪਰ ਵਾਲੀ ਛੱਤ ਹੈ ਕਿਸੇ ਟਾਈਮ ਵੀ ਗਿਰ ਸਕਦੀ ਹੈ। ਇੱਥੇ ਜਿੱਥੇ ਆਪਾਂ ਖੜ੍ਹੇ ਹਾਂ ਇਹ ਵੀ ਵੇਖੋ ਕਿ ਆਲਮੋਸਟ ਖਤਮ ਹੋਣ ਵਾਲੀ ਹੈ ਔਰ ਇੱਧਰ ਵੇਖੋ ਇੱਧਰ ਵੀ ਸਾਈਡ 'ਤੇ ਦੀਵਾਰਾਂ ਦੇ ਵਿੱਚ ਜਿਹੜੀਆਂ ਨੇ ਉਹ ਪਾੜ ਪੈ ਚੁੱਕਿਆ ਹੈ। ਆਪਾਂ ਇਹ ਵੀ ਅੰਦਾਜ਼ਾ ਲਗਾ ਸਕਦੇ ਹਾਂ ਇਸ ਗੁਰੂ ਘਰ ਦੇ ਵਿੱਚ ਕਿ ਇਹ ਗੁਰਦੁਆਰਾ ਸ਼ਾਇਦ ਜ਼ੇਰੇ ਤਾਮੀਰ ਸੀ। ਲੇਕਿਨ ਇਹ ਵਾਲਾ ਜਿਹੜਾ ਹਿੱਸਾ ਹੈ ਇਹ ਮੈਨੂੰ ਪੁਰਾਣਾ ਲੱਗ ਰਿਹਾ ਕਿਉਂਕਿ ਇਹਦੇ ਵਿੱਚ ਚੂਨਾ ਦਾਲਾਂ ਮਿਕਸ ਕਰਕੇ ਜੋ ਉਸ ਵੇਲੇ ਸੀਮਟ ਬਣਾਈ ਜਾਂਦੀ ਸੀ ਇਹ ਉਹਦਾ ਬਣਿਆ ਹੋਇਆ ਹੈ। ਅਗਰ ਉੱਪਰੋਂ ਤੁਹਾਨੂੰ ਵਿਖਾਇਆ ਜਾਵੇ ਕਿ ਇਹਦੀ ਚਾਰ ਦੀਵਾਰੀ ਬਿਲਕੁਲ ਛੋਟੀ ਇੱਟਾਂ ਦੀ ਸੀ ਲੇਕਿਨ ਇਹ ਹੁਣ ਆਲਮੋਸਟ ਜਿਹੜੀ ਹੈ ਉਹ ਖਤਮ ਹੋ ਚੁੱਕੀ ਹੈ। ਔਰ ਇਸੇ ਤਰ੍ਹਾਂ ਅਗਰ ਤੁਸੀਂ ਥੱਲੇ ਵੇਖ ਸਕੋ ਤਾਂ ਆਲ ਦੁਆਲ ਦੇ ਲੋਕਾਂ ਨੇ ਇੱਥੇ ਕਾਫੀ ਗੰਦ ਵਗੈਰਾ ਸਿੱਟਿਆ ਹੋਇਆ ਹੈ ਜਿਹਦੀ ਵਜ੍ਹਾ ਤੋਂ ਇਹ ਗੁਰਦੁਆਰਾ ਸਾਹਿਬ ਆਹਿਸਤਾ ਆਹਿਸਤਾ ਹੁਣ ਛੱਪੜ ਬਣ ਚੁੱਕਿਆ ਹੈ। ਇਹ ਬੜੇ ਦੁਖੀ ਹਿਰਦੇ ਨਾਲ ਕਹਿਣਾ ਪੈਂਦਾ ਪਰ ਜੋ ਹਕੀਕਤ ਹੈ ਅਸੀਂ ਉਹੀ ਦੱਸਾਂਗੇ। ਔਰ ਇਸੇ ਤਰ੍ਹਾਂ ਗੁਰਦੁਆਰਾ ਸਾਹਿਬ ਦੇ ਵਿੱਚ ਹਜੇ ਵੀ ਇੱਕ ਪੁਰਾਣਾ ਦਰਖਤ ਜਿਹੜਾ ਹੈ ਉਹ ਮੌਜੂਦ ਹੈ। ਸੋ ਸਾਡੇ ਆਉਣ ਦੇ ਨਾਲ ਕਾਫੀ ਇੱਥੇ ਲੋਕ ਜਮ੍ਹਾਂ ਹੋ ਗਏ ਨੇ ਲੇਕਿਨ ਇਮਾਰਤ ਜਿਹੜੀ ਹੈ ਉਹ ਬਹੁਤ ਜ਼ਿਆਦਾ ਖਸਤਾ ਹੈ, ਇਸ ਕਰਕੇ ਸਾਨੂੰ ਇੱਥੋਂ ਜਲਦੀ ਹੀ ਜਿਹੜਾ ਹੈ ਉਹ ਕੂਚ ਕਰਨਾ ਪੈ ਰਿਹਾ।
ਤੁਹਾਡਾ ਭਾਜੀ ਨਾਮ ਕੀ? ਅਬਦੁਲ ਅਜ਼ੀਜ਼। ਅਬਦੁਲ ਅਜ਼ੀਜ਼, ਤੁਸੀਂ ਪੁਰਾਣੇ ਪਿੰਡ ਦੇ ਵਸਿੰਦੇ ਆ ਜੋ ਜਾਂ ਨਹੀਂ? ਅਸੀਂ ਇੱਥੋਂ ਨਾ ਜੀ ਪੁਰਾਣੇ ਆ। ਮੇਰੇ ਵਾਲਦ ਸਾਹਿਬ ਜਿਹੜਾ ਨਾ ਇਹ ਉਦੋਂ ਇਸ ਦੇਰੇ ਤਾਮੀਰ ਸੀ ਗੁਰਦੁਆਰਾ ਨਾ ਜੀ, ਜਦੋਂ ਮੇਰੇ ਵਾਲਦ ਸਾਹਿਬ ਉਹ ਤਕਰੀਬਨ ਕੋਈ 12-14-15 ਸਾਲ ਦੀ ਉਮਰ ਸੀ ਉਹਨਾਂ ਦੀ। ਅੱਛਾ, ਤੁਸੀਂ ਪੁਰਾਣੇ ਮਤਲਬ ਇੱਥੋਂ ਜੰਬਰ ਦੇ ਵਸਿੰਦੇ ਆ? ਜੀ ਜੀ ਬਿਲਕੁਲ। ਅੱਛਾ ਅੱਛਾ, ਠੀਕ ਆ। ਤੁਸੀਂ ਮੈਨੂੰ ਕੁਛ ਦੱਸ ਰਹੇ ਸੀ ਕਿ ਇੱਥੇ ਕੂਆਂ ਸੀ ਔਰ ਇਹ ਸਰ ਨਾ ਇੱਥੇ ਇਹ ਕੂਆਂ ਹੈਗਾ ਸੀ। ਅੱਛਾ, ਇਸ ਜਗ੍ਹਾ 'ਤੇ ਨਾ ਜੀ ਬਿਲਕੁਲ ਬਣਿਆ ਵੀ ਹੋਇਆ ਇਹ ਕੂਆਂ ਹੈਗਾ, ਯਾਨੀ ਕਿ ਇੱਥੇ ਕੋਈ ਨਾ ਅਸੀਂ ਇੱਕ ਨਾ ਕੱਪੜੇ ਧੋਂਦੇ ਸੀ ਇਸ ਜਗ੍ਹਾ 'ਤੇ। ਅੱਛਾ, ਔਰ ਇਹ ਮੇਰਾ ਘਰ ਹੈ ਜੀ ਰੈਸ਼। ਇਹਦੇ ਉੱਤੇ ਨਾ ਜਿਹੜੀ ਦੀਵਾਰ ਹੈ ਨਾ ਇੱਥੇ ਹੁੰਦੇ ਸੀ ਮਸਲ ਨਾ ਉਹ ਆਪਣਾ ਬਣੇ ਹੋਏ ਸੀ ਨਹਾਉਣ ਵਗੈਰਾ ਦਾ, ਯਾਨੀ ਕਿ ਨਾ ਗੁਸਲਖਾਨੇ ਟਾਈਪ। ਅੱਛਾ ਅੱਛਾ, ਯਾਨੀ ਕੱਪੜੇ ਕੁਪੜੇ ਇੱਥੇ ਧੋਂਦੇ ਹੁੰਦੇ ਸੀ। ਅੱਛਾ, ਇੱਥੇ ਵੀ ਇੱਕ ਇਮਾਰਤ ਸੀ ਇਸ ਜਗ੍ਹਾ 'ਤੇ, ਬਸ ਉਹ ਮੌਸਮੀ ਸਰਕਲ ਦੀ ਵਜ੍ਹਾ ਤੋਂ ਨਾ ਬਸ ਡਿੱਗ ਡੁੱਗ ਪਈ ਵੀ ਨਾ ਸੰਭਾਲਣ ਦੀ ਵਜ੍ਹਾ ਤੋਂ। ਸਹੀ, ਇਹਦਾ ਮਤਲਬ ਕਿ ਗੁਰਦੁਆਰੇ ਦੀ ਜਿਹੜੀ ਆਪਾਂ ਬਿਲਡਿੰਗ ਇਹ ਵਾਲੀ ਵੇਖ ਰਹੇ ਹਾਂ ਜੀ, ਇਸ ਤੋਂ ਇਲਾਵਾ ਹੋਰ ਵੀ ਵੱਡੀ ਸੀ? ਹਾਂਜੀ ਸਰ, ਇਹ ਇੱਥੇ ਨਾ ਡਬਲ ਸਟੋਰੀ ਬਿਲਡਿੰਗ ਸੀ, ਇੱਥੋਂ ਇੱਕ ਉਹ ਚੜ੍ਹਦੀ ਹੁੰਦੀ ਸੀ ਆਪਣਾ ਨਾ ਸੀੜੀਆਂ ਸਨ। ਪਰਲੀ ਸਾਈਡ 'ਤੇ ਪੁਰਾਣੀਆਂ ਇੱਟਾਂ ਸੀ, ਛੋਟੀਆਂ ਇੱਟਾਂ, ਯਾਨੀ ਕਿ ਉਹ ਪਰਲੀ ਸਾਈਡ ਨਾ ਇੱਥੇ ਕੋਈ ਰਹਿਸ਼ਾਂ ਦਾ ਕੋਈ ਸਿਸਟਮ ਐਸੇ, ਯਾਨੀ ਕਿ ਕਮਰੇ ਬਣੇ ਹੋਏ ਸੀ ਕਮਰੇ ਟਾਈਪ, ਅਤੇ ਇੱਥੇ ਡਬਲ ਸਟੋਰੀ ਸੀ ਅੱਗੇ ਜਿਹੜਾ ਨਾ ਫਿਰ ਇੰਜੀ ਸੀ, ਲੇਕਿਨ ਇਹ ਇਮਾਰਤ ਇਸੇ ਹਾਲਤ 'ਚ ਹੀ ਹੈ ਜੀ। ਸਹੀ ਸਹੀ, ਤੁਹਾਡੇ ਵਾਲਦ ਸਾਹਿਬ ਨੇ ਕੋਈ ਨਾਮ ਵਗੈਰਾ ਤੁਹਾਨੂੰ ਦੱਸੇ ਸੀ ਕਿ ਇੱਥੋਂ ਕੌਣ ਰਹਿੰਦੇ ਸੀ? ਉਹ ਤਾਂ ਕਾਫੀ ਕੁਛ ਦੱਸਦੇ ਹੁੰਦੇ ਸੀ, ਲੇਕਿਨ ਜੋ ਹੁਣ ਉਹ ਜ਼ਹਿਨ ਨਹੀਂ ਸਾਡੇ ਨਹੀਂ, ਕਿਉਂਕਿ ਇੱਕ ਉੱਧਰ ਕੋਈ ਐਸੀ ਗੱਲ ਹੈ ਹੀ ਨਹੀਂ ਸੀ ਕਿ ਉਸ ਪਾਸੇ ਜਿਵੇਂ ਰੁਝਾਨ ਹੁੰਦਾ ਹੈਗਾ ਜੀ। ਬਿਲਕੁਲ, ਇੱਥੇ ਕਰਕੇ ਨਾ ਜੀ ਕੋਈ ਇੱਕ ਹੋਰ ਵੀ ਆਇਆ ਆਪਣਾ ਨਾ ਸਰਕਲ, ਮੇ ਬੀ ਸ਼ਾਇਦ ਇਹਨੂੰ ਮੇਰਾ ਸਰਦਾਈ ਵਗੈਰਾ ਟਾਈਪ ਦਾ ਨਾ ਇੱਕ ਕੁੰਡਾ ਜਿਹਾ ਰੱਖਦੇ ਸੀ ਇੱਥੇ। ਅੱਛਾ, ਇਸ ਜਗ੍ਹਾ 'ਤੇ ਨਾ ਜੀ ਹਾਲੀ ਵੀ ਨਾ ਇਹਨੂੰ ਅਗਰ ਕਰਾਂਗੇ ਨਾ ਜੀ ਤੂੰ ਉਸੇ ਸੂਰਤ ਵਿੱਚ ਹੀ ਨਿਕਲੇਗੀ, ਯਾਨੀ ਕਿ ਜਿਵੇਂ ਸਰਦਾਈ ਵਗੈਰਾ ਰਗੜਦੇ ਸੀ। ਅੱਛਾ, ਬਦਾਮ ਵਗੈਰਾ, ਯਾਨੀ ਕਿ ਹਾਂਜੀ ਹਾਂਜੀ ਮੈਂ ਸਮਝ ਗਿਆ, ਇਹ ਨਿਹੰਗ ਸਿੰਘ ਹੋਣੇ ਨੇ ਜੀ। ਬਿਲਕੁਲ ਬਿਲਕੁਲ, ਹਾਂਜੀ ਇੱਥੇ ਨਾ ਪੂਰਾ ਉਹਨਾਂ ਦਾ ਇੱਕ ਸੈਟਅਪ ਹੈ ਸੀ। ਅੱਛਾ, ਅਤੇ ਬਾਕੀ ਇਹ ਪਰਲੀ ਸਾਈਡ 'ਤੇ ਵੀ ਬਿਲਡਿੰਗ ਹੈ ਸੀ, ਯਾਨੀ ਕਿ ਮੈਂ ਤਕਰੀਬਨ ਖੁਦ ਦੇਖੀ ਹੈਗੀ ਹੈ ਜੀ। ਅੱਛਾ, ਸਹੀ, ਅਤੇ ਇਹ ਥੰਮ ਕਿੱਥੇ ਸੀਗਾ? ਅੰਦਰ ਸੀਗਾ ਥੰਮ ਜੀ ਜੀ। ਇਹ ਜਿਹੜੀ ਹੈ ਜਗ੍ਹਾ ਨਾ ਜਿੱਥੇ ਮਿੱਟੀ ਜੀ ਪਈ ਹੈ ਜੀ, ਇਸ ਜਗ੍ਹਾ 'ਤੇ ਨਾ ਇੱਕ ਚਬੂਤਰਾ ਜਿਹਾ ਬਣਿਆ ਸੀ ਜਿਹੜਾ, ਯਾਨੀ ਕਿ ਜੋ ਮੈਂ ਦੇਖਿਆ ਹੈਗਾ। ਅੱਛਾ, ਪਾਲਕੀ ਸਾਹਿਬ ਅਸੀਂ ਉਹਨੂੰ ਕਹਿੰਦੇ ਹਾਂ ਜੀ 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 ਹਾਂਜੀ। ਔਰ ਉਹਦਾ ਨਾ ਹਾਲੇ ਵੀ ਇੱਕ ਨਕਸ਼ਾ ਹੈ ਸੀ, ਕੋਈ ਮੁਕਾਮੀ ਲੋਕ ਅਤੇ ਨਾ ਕੋਈ ਸਤਾ ਦੇ ਦੋਸਤਾਂ ਨੇ ਕੁਛ ਇਹਨੂੰ ਪੱਟ ਪੁੱਟ ਦਿੱਤਾ ਸ਼ਾਇਦ, ਉਹ ਲੋਕਾਂ ਨੂੰ ਇਹ ਲੱਗਦਾ ਕਿ ਇਹਦੇ ਥੱਲੇ ਕੋਈ ਖਜ਼ਾਨਿਆਂ ਖਜ਼ੂਨੇ ਵਾਲਾ, ਬਸ ਉਹ ਉਸ ਕਰਕੇ ਉਹ ਫਿਰ ਬੜਾ ਬਰਬਾਦ ਹੋ ਜਾਂਦਾ। ਹਾਂਜੀ ਸਹੀ, ਅਤੇ ਬਾਕੀ ਅੱਛਾ ਇਹ ਗੁਰਦੁਆਰੇ ਦੇ ਲਾਗੇ ਲਾਗੇ ਵੀ ਕੁਛ ਇਮਾਰਤਾਂ ਹੈ ਸਨ? ਨਹੀਂ ਸਰ, ਇਹ ਉਦੋਂ ਜਿਹੜਾ ਨਾ ਇਹ ਏਰੀਆ ਸਾਰਾ ਹੀ ਤਕਰੀਬਨ ਨਾ ਖਾਲੀ ਸੀ ਜੀ, ਖਾਲੀ ਪਿਆ ਸੀ ਗੁਰਦੁਆਰੇ ਦੇ ਲਾਗੇ ਜੀ ਜੀ ਜ਼ਮੀਨ ਹੈ, ਅਤੇ ਹੁਣ ਉਸ ਤੋਂ ਬਾਅਦ ਪਾਕਿਸਤਾਨ ਬਣਨ ਤੋਂ ਬਾਅਦ ਆਬਾਦੀ ਯਾਨੀ ਕਿ ਨਾ ਬਣੀ ਹੈਗੀ, ਬਣੀ ਹੈ ਸਹੀ ਸਹੀ, ਇਹ ਇਸ ਪਾਸੇ ਆਪਾਂ ਕਹਿ ਸਕਦੇ ਜੀ ਜੀ। ਇਹ ਫਿਰ ਵਿਆਕਿਵ ਟ੍ਰਸਟ ਪ੍ਰੋਪਰਟੀ ਬੋਰਡ ਦੀ ਮਲਕੀਅਤ ਹੈ ਸਾਰੀ? ਹਾਂ ਤਕਰੀਬਨ, ਹਾਂਜੀ। ਫਿਰ ਹੋਏਗਾ ਸੀ ਕੁਝ ਜਿਵੇਂ ਹਿਜਰਤ ਕਰਕੇ ਦੋਸਤ ਜਿਹੜੇ ਆਏ ਸੀ ਪਾਕਿਸਤਾਨ, ਉਹਨਾਂ ਨੇ ਯਾਨੀ ਕਿ ਜਿਵੇਂ ਰਾਣਾ ਸ਼ਰਾਫਤ ਸਾਹਿਬ ਨੇ ਜੀ ਜੀ ਜੀ, ਕੋਈ ਇਹਨਾਂ ਦੇ ਜਿਹੜੇ ਪੁਰਖ ਆਏ ਉਹ ਫਿਰ ਆਪਣੀਆਂ ਇਹਨਾਂ ਦੀਆਂ ਪ੍ਰੋਪਰਟੀ ਜ਼ਮੀਨਾਂ ਉਹ ਯਾਨੀ ਕਿ ਫਿਰ ਇੱਥੇ ਰਹਿਸ਼ਾ ਇੱਧਰ ਅਲਾਟ ਕਰਾ ਲਈਆਂ ਮਤਲਬ। ਹਾਂਜੀ, ਇਹ ਗੁਰਦੁਆਰੇ ਬਾਰੇ ਸੁਣਿਆ ਕਿ ਕਾਫੀ ਇਹਦੀ ਇਹਦੀ ਜ਼ਮੀਨ ਆ, ਤਕਰੀਬਨ 99 acres ਜ਼ਮੀਨ, 99 acres ਜ਼ਮੀਨ ਹੈ ਜੀ ਜੀ, ਹਿੰਦੂ ਸਿੱਖ ਔਕਾਫ ਜੀ ਬਿਲਕੁਲ। ਅੱਛਾ ਅੱਛਾ ਅੱਛਾ, ਤੁਹਾਡੇ ਪਿੰਡ ਦੇ ਵਿੱਚ ਕੋਈ ਹੋਰ ਵੀ ਜਿੱਦਾਂ ਕੋਈ ਹੋਰ ਵੀ ਪੁਰਾਣੀ ਜਗ੍ਹਾ ਹੈ, ਕੋਈ ਲੋਕੇਸ਼ਨ ਹੈ ਪੁਰਾਣੀ? ਇੱਧਰ ਨਾ ਕੋਈ ਆਪਣਾ ਮਲਕ ਬਰਾਦਰਾਂ ਨੇ ਮਲਕਾਂ ਲਈ ਉੱਧਰ ਕੋਈ ਮੱਲੇ 'ਚ ਹੈ ਕੋਈ ਨਾ ਇੱਕ, ਕਿਉਂਕਿ ਇਹ ਤੁਸੀਂ ਜਾਣਦੇ ਹੋ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਯਾਦ ਦੇ ਵਿੱਚ ਇੱਥੇ ਇੱਕ ਥੰਮ ਸਾਹਿਬ ਸੀ,
ਜੀ ਜੀ ਔਰ ਦੁੱਖ ਨਿਵਾਰਨ ਸਾਹਿਬ ਨੂੰ ਕਹਿੰਦੇ ਸੀ, ਲੋਕ ਇਹ ਸਮਝਦੇ ਸੀ ਕਿ ਇੱਥੇ ਆਉਣ ਦੇ ਨਾਲ ਉਹਨਾਂ ਦੀਆਂ ਜਿਹੜੀਆਂ ਬਿਮਾਰੀਆਂ ਨੇ ਉਹ ਇੱਕ ਹੁੰਦੀ ਹੈ ਨਾ, ਬੰਦੇ ਦੀ ਆਸਥਾ ਜੁੜੀ ਹੁੰਦੀ ਹੈ ਕਿ ਦੂਰ ਹੋ ਜਾਂਦੇ ਨੇ। ਅਤੇ ਇਸੇ ਤਰ੍ਹਾਂ ਭਾਈ ਸ਼ਾਹਬਾਜ਼ ਸਿੰਘ, ਭਾਈ ਸੁਬੇਕ ਸਿੰਘ ਦਾ ਇੱਕ ਘਰ ਸੀ, ਉਹਨਾਂ ਦੀ ਨਸਲ ਦੇ ਵਿੱਚ ਚੌਥੀ ਪੀੜ੍ਹੀ ਉਸ ਵੇਲੇ ਆਬਾਦ ਸੀ, ਲੇਕਿਨ ਉਹ ਨਹੀਂ ਪਤਾ ਕਿ ਇਸ ਪਿੰਡ ਦੇ ਵਿੱਚ ਕਿੱਥੇ ਹੈ। ਸੋ ਆਪਾਂ ਨਹੀਂ ਵੀਡੀਓ 'ਚ, ਮੈਂ ਇਸ ਕਰਕੇ ਕਹਿ ਰਿਹਾ ਕਿ ਅਗਰ ਵੀਡੀਓ ਜਦੋਂ ਆਪਾਂ ਪਬਲਿਸ਼ ਕਰਾਂਗੇ ਲੋਕਾਂ ਨੂੰ ਪਤਾ ਲੱਗ ਜਾਏਗਾ, ਅਤੇ ਮੇ ਬੀ ਬਾਅਦ 'ਚ ਵੀ ਕੁਛ ਲੋਕ ਰਾਬਤਾ ਕਰ ਦਿੰਦੇ ਆ ਜੀ। ਠੀਕ ਹੋ ਗਿਆ, ਲੇਕਿਨ ਨਾ ਨਹੀਂ ਉਹਦੇ ਬਾਰੇ 'ਚ ਨਾ ਨਹੀਂ, ਕਿਉਂਕਿ ਜਿਹੜੇ ਸਾਡੇ ਵੱਡੇ ਸੀ ਨਾ ਜੀ, ਉਹ ਯਾਨੀ ਕਿ ਫੌਤ ਹੋ ਗਏ ਨੇ, ਉਹਨਾਂ ਨੂੰ ਕਾਫੀ ਇਨਫੋਰਮੇਸ਼ਨ ਸੀ ਇਹਨਾਂ ਚੀਜ਼ਾਂ ਬਾਰੇ 'ਚ ਨਾ। ਉਹ ਤਾਂ ਬਲਕਿ ਨਹੀਂ, ਈਵਨ ਕਿ ਉਹ ਦੱਸਦੇ ਸੀ ਵੀ 10-12 ਸਾਲ ਉਮਰ ਸੀ ਤਾਂ ਉਹ ਖੇਡਦੇ ਹੁੰਦੇ ਸੀ ਇੱਥੇ। ਸਹੀ ਸਹੀ, ਪਹਿਲੇ ਦੇ ਇਹ ਕਾਫੀ ਇਮਾਰਤ ਉੱਚੀ ਲੱਗ ਰਹੀ ਹੈ, ਲੇਕਿਨ ਜਿਹੜੇ ਠੇਲੇ ਬਣ ਗਏ ਨੇ ਇਹ ਮੇਰਾ ਖਿਆਲ ਮਕਾਮਾਂ ਡਿੱਗੇ ਨੇ ਇੱਥੇ। ਹਾਂਜੀ, ਕੁਛ ਯਾਨੀ ਕਿ ਉਹ ਜਿਵੇਂ ਵੀ ਉਹ ਬਿਲਡਿੰਗਸ ਡਿੱਗੀਆਂ ਉਹਨਾਂ ਦਾ ਮਟੀਰੀਅਲ ਵਗੈਰਾ ਉਹ ਵੀ ਇੱਥੇ ਆਇਆ। ਕੁਛ ਮੁਕਾਮੀ ਸਤ੍ਹਾ 'ਤੇ ਨਾ ਬਸ ਉਹ ਅਨਅਵੇਅਰਨੈਸ 'ਤੇ ਜਿਵੇਂ ਕਿ ਵੀ ਮਤਲਬ ਲੋਕਾਂ ਨੂੰ ਇੰਨੀ ਨਹੀਂ ਹੈ। ਹਾਂਜੀ, ਕਦੀ ਅਵੇਅਰਨੈਸ ਕਿਸੇ ਨੇ ਪੈਦਾ ਵੀ ਨਹੀਂ ਕੀਤੀ, ਜ਼ਾਹਰ ਹੈ ਸਾਡੇ ਲੋਕ ਵੀ ਨਹੀਂ। ਇੱਕ ਹੋਰ ਸਰ ਨਾ, ਇਹ ਨਾ ਇਹ ਚਾਰ ਦਰਵਾਜ਼ੇ ਨੇ ਜੀ, ਇੱਕ ਉੱਧਰੋਂ ਇੱਧਰੋਂ ਇੱਧਰੋਂ, ਇਹ ਚਾਰ ਦਰਵਾਜ਼ੇ ਸੀ ਜਿਵੇਂ ਇਹ ਦਰਵਾਜ਼ਾ ਜੀ, ਸੇਮ ਇਸੇ ਕੰਡੀਸ਼ਨ ਨਹੀਂ ਜੀ 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 ਬਿਲਕੁਲ। ਅਤੇ ਇਹ ਜਿਹੜਾ ਨਾ ਜੇ ਵੀ ਤੁਸੀਂ ਵੇਖ ਰਹੇ ਹੋਵੇਗੇ ਮੁਕਾਮੀ, ਮੇਰੇ ਵਾਲਦ ਸਾਹਿਬ ਨੇ ਇਹਨਾਂ ਨੂੰ ਬੰਦ ਕੀਤਾ ਸੀ, ਇਹ ਵੀ ਉਹਨਾਂ ਹੀ ਬੰਦ ਕੀਤੇ ਨੇ ਜੀ ਚਾਰੇ ਦਰਵਾਜ਼ੇ, ਤਾਂ ਕਿ ਲੋਕ ਨਾ। ਹਾਂਜੀ, ਇੱਥੇ ਇੱਕ ਗੇਟ ਸੀ, ਅਸੀਂ ਇਹਦੀ ਬੜੇ ਸਾਫ਼ ਸੁਥਰਾ ਇਹਨੂੰ ਰੱਖਦੇ ਹੁੰਦੇ, ਬਸ ਉਹ ਫੌਤ ਹੋ ਗਿਆ, ਕੁਛ ਸਾਡੇ ਹਾਲਾਤ ਸੈਟਅਪ ਕੁਛ ਐਸਾ ਹੋ ਗਿਆ। ਇਹ ਮੈਂ ਨਾਲ ਦੇ ਨਾਲ ਵੀਰਾਂ ਨੂੰ ਦੱਸਦਾ ਜਾਵਾਂ ਕਿ ਚਾਰ ਦਰਵਾਜ਼ੇ ਬੰਨੇ ਨੇ, ਲੇਕਿਨ ਇਹਨੂੰ ਬੰਦ ਕਰਨ ਦਾ ਮਕਸਦ ਇਹ ਸੀ ਕਿ ਯਾਰ ਲੋਕ ਫਿਰ ਆਉਂਦੇ ਨੇ ਅੰਦਰ, ਕਾਫੀ ਜ਼ਿਆਦਾ ਹਨੇਰਾ ਹੈ ਕਿਉਂਕਿ ਜਦੋਂ ਇਹ ਗੁਰਦੁਆਰਾ ਸਾਹਿਬ ਤਾਮੀਰ ਹੋਏ ਨੇ ਉਸ ਵੇਲੇ ਬਿਜਲੀ ਦਾ ਕਨਸੈਪਟ ਨਹੀਂ ਸੀ। ਨਹੀਂ ਇਹ ਨਾ ਜੀ, ਇਹ ਹਵਾਦਾਰੀ ਕਹਿ ਲਵੋ ਜਾਂ ਕਿ ਇਹ ਦਰਵਾਜ਼ੇ ਸੀ ਜਿਵੇਂ ਉਹ ਹੋ ਗਿਆ, ਇੱਧਰ ਹੋ ਗਿਆ, ਸਾਡੇ ਗੁਰਦੁਆਰਿਆਂ ਦੇ ਚਾਰ ਬੂਹੇ ਹੁੰਦੇ ਆ ਜੀ। ਅੱਛਾ ਜੀ ਜੀ ਜੀ, ਇਹ ਤਾਂ ਨਾ ਅਸੀਂ ਮੁਕਾਮੀ ਤੌਰ 'ਤੇ ਵੀ ਯਾਨੀ ਕਿ ਨਾ ਲੋਕ ਜਿਹੜਾ ਨਾ ਵੀ ਐਵੇਂ ਵਾਰਾ ਟਾਈਪ ਲੋਕ ਨਾ ਗੋੜਨ, ਹੁਣ ਤਾਂ ਕਾਫੀ ਜ਼ਿਆਦਾ ਜੀ ਮੈਂ ਬਿਲਕੁਲ ਵੇਖ ਚੁੱਕਿਆ। ਅਸੀਂ ਤੁਹਾਡੇ ਆਉਣ ਤੋਂ ਪਹਿਲੇ ਵੀ ਇੱਥੇ ਮਾੜੀ ਮੋਟੀ ਗੱਲਬਾਤ ਕੀਤੀ ਕਿ ਜਿਸ ਤਰ੍ਹਾਂ ਇਹ ਬੂਹੇ ਬੰਦ ਕੀਤੇ ਨੇ, ਕੀਤਾ ਤਾਂ ਇਹ ਅੱਛਾ ਹੈ। ਇਹ ਵੇਖੋ ਨਾ, ਇਹ ਬੂਹਾ ਬੰਦ ਕੀਤਾ ਅਤੇ ਇਹ ਦੱਸ ਰਹੇ ਸੀ ਕਿ ਇਹਨਾਂ ਦੇ ਵਾਲਦ ਸਾਹਿਬ ਨੇ ਕੀਤਾ, ਬਹੁਤ ਅੱਛਾ ਕੀਤਾ। ਲੇਕਿਨ ਇਹਦੇ ਉੱਪਰ ਜਿਹੜੇ ਫਰੈਸਕੋਸ ਬਣੇ ਨੇ ਇਹਦੀ ਛੱਤਾਂ ਦੇ ਉੱਪਰ, ਮੈਂ ਤੁਹਾਨੂੰ ਇਹ ਆਪਾਂ ਅੱਗੇ ਵੀ ਗੱਲਬਾਤ ਕੀਤੀ। ਇੱਥੇ ਇੱਕ ਨਾ ਜੋ ਹੁੰਦਾ ਸੀ, ਇੱਕ ਨਾ ਲੋਹੇ ਦਾ ਪਾਈਪ ਸੀ ਇਸ ਜਗ੍ਹਾ 'ਤੇ। ਅੱਛਾ, ਔਰ ਯਾਨੀ ਕਿ ਇਹ ਉਹ ਆਖਰੀ ਮੰਜ਼ਿਲ ਹੈ ਨਾ ਜਿਹੜੀ ਜੀ, ਉਹਦੇ ਤੋਂ ਤਕਰੀਬਨ 6-7 ਫੁੱਟ ਉੱਚਾ ਹੈ। ਨਿਸ਼ਾਨ ਸਾਹਿਬ ਦੀ ਗੱਲ ਕਰ ਰਹੇ ਹੋ ਜੀ? ਜੀ। ਅੱਛਾ, ਇਹ ਅੰਦਰ ਵਾਲੀ ਸਾਈਡ 'ਤੇ ਸੀ ਨਿਸ਼ਾਨ ਸਾਹਿਬ? ਹਾਂ, ਬਾਹਰ ਵਾਲੀ? ਨਹੀਂ ਨਹੀਂ, ਅੰਦਰ ਵਾਲੀ ਸਾਈਡ 'ਤੇ। ਅੱਛਾ, ਅੰਦਰ ਵਾਲੀ ਸਾਈਡ 'ਤੇ? ਉਹ ਤਕਰੀਬਨ ਉਹ ਹੈ ਸੀ ਤਕਰੀਬਨ ਕੋਈ 6 ਇੰਚ ਚੌੜਾ ਸੀ। ਹਾਂਜੀ, ਔਰ ਉਹ ਤੋੜ ਉੱਤੇ ਤੱਕ ਸੀ ਜੀ। ਅੱਛਾ, ਲੋਕ ਪਟ ਕੇ ਲੈ ਗਏ? ਹਾਂ ਬਿਲਕੁਲ, ਉਸ ਪਾਸੇ ਵੀ ਬਸ ਉਹ ਜਿਹੜੇ ਅੱਜ ਕੱਲ੍ਹ ਪੋਟਰੀਏ ਉਹ ਕਾਫੀ ਨੁਕਸਾਨ ਜਿਹੜਾ ਨਾ ਜਾਂ ਓਵਰਆਲ ਵੀ ਕਰਦੇ ਆ। ਵੇਖੋ, ਮੈਂ ਛੋਟੀਆਂ ਛੋਟੀਆਂ ਗੱਲਾਂ ਦੱਸਦਾ ਰਹਿੰਦਾ ਵੀਡੀਓਜ਼ ਦੇ ਵਿੱਚ, ਉਹਦਾ ਮਕਸਦ ਲੋਕ ਬੁਰਾ ਨਾ ਮਨਾਉਣਾ। ਵੇਖੋ, ਇਹਦੇ ਵਿੱਚ ਹੁਣ ਅੱਛੀ ਖਾਸੀ ਦਰਾੜ ਇੰਨੀ ਆ ਗਈ ਹੈ, ਪਾਣੀ ਪਰਲੇ ਪਾਸੇ ਵੇਖ ਸਕਦੇ ਹੋ ਕਿ ਆਰ ਪਾਰ ਦਿਖ ਰਿਹਾ, ਠੀਕ ਹੈ, ਇਸੇ ਤਰ੍ਹਾਂ ਥੱਲੋਂ ਵੀ ਇਹ ਟੁੱਟ ਗਿਆ। ਸੋ ਬਿਲਡਿੰਗ ਖੜ੍ਹੀ ਹੀ ਇਹਨਾਂ ਪਿਲਰਾਂ ਦੇ ਉੱਪਰ ਹੈ, ਉਸ ਪਾਸੋਂ ਵੀ ਪਾਟ ਗਏ। ਸੋ ਇਹ ਬਿਲਡਿੰਗ ਜ਼ਿਆਦਾ ਦੇਰ ਰਹਿ ਨਹੀਂ ਸਕਦੀ ਅਗਰ ਇਹਨੂੰ ਬਚਾਇਆ ਨਾ ਗਿਆ। ਇਸੇ ਤਰ੍ਹਾਂ ਇਹ ਵੇਖੋ, ਗੁਰਦੁਆਰੇ ਦੇ ਉੱਪਰ ਬਹੁਤ ਹੀ ਖੂਬਸੂਰਤ ਕੰਮ ਹੋਇਆ ਸੀ, ਲੇਕਿਨ ਵਕਤ ਦੇ ਨਾਲ ਨਾਲ ਇਹ ਕਾਲਾ ਹੋ ਗਿਆ ਸਾਰਾ। ਔਰ ਇਸੇ ਤਰ੍ਹਾਂ ਇਸ ਪਾਸੇ ਵੀ ਜੀ ਸਰ ਨਾ, ਇੰਝ ਸਾਰੇ ਇੰਝ ਨਾ ਸੋਲੰਗ ਵੀ ਹੈ, ਇੱਥੇ ਸੋਲੰਗ ਸੀ ਜਿਹੜੀ ਇਹ ਜਗ੍ਹਾ ਹੈ ਨਾ ਜੀ ਥੱਲੇ, ਇੱਥੇ ਉਹ ਮਿੱਟੀ ਯਾਨੀ ਕਿ ਬਾਕਿਆਤ ਡਿੱਗਣ ਡੁੱਗਣ ਦੀ ਵਜ੍ਹਾ ਤੋਂ ਜਾਂ ਸੰਭਾਲਣਾ ਦੀ ਵਜ੍ਹਾ ਤੋਂ ਨਾ ਜੀ, ਇੱਥੇ ਇਹ ਬਰਾਬਰ ਇਹਦੇ ਥੱਲੇ ਬਰੀਕ ਟਾਇਲ ਲੱਗੀ ਹੋਈ ਹੈ, ਇਸ ਟਾਈਮ ਵੀ ਮੌਜੂਦ ਹੈ। ਅਗਰ ਇਹਨੂੰ ਇਹਨੂੰ ਪੱਟਿਆ ਜਾਵੇ ਨਾ ਜੀ, ਇਹਦੇ ਥੱਲੇ ਕੋਈ 1.5-2 ਫੁੱਟ ਬਾਅਦ ਨਾ ਇਹ ਟਾਇਲ ਹੈਗੀ ਥੱਲੇ, ਯਾਨੀ ਕਿ ਫਰਸ਼ ਲੱਗਾ ਜਿਵੇਂ ਇਹ ਫਰਸ਼ ਲੱਗਾ ਹੋਇਆ। ਚਲੋ ਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਬਹੁਤ ਬਹੁਤ ਧੰਨਵਾਦ ਜੀ, ਬੜੀ ਮਿਹਰਬਾਨੀ।
ਲਓ ਜੀ, ਅੱਜ ਅਸੀਂ ਆਏ ਸੀ ਜੰਬਰ ਕਲਾਂ, ਜੋ ਕਸੂਰ ਦਾ ਪਿੰਡ ਹੈ, ਬੜਾ ਇਤਿਹਾਸਿਕ ਇਹ ਪਿੰਡ ਹੈ। ਆਪਾਂ ਹਜੇ ਕੋਸ਼ਿਸ਼ ਕਰ ਰਹੇ ਹਾਂ ਕਿ ਸਾਨੂੰ ਕੋਈ ਵਸਿੰਦੇ ਲੋਕਾਂ ਦੀ ਹਜੇ ਤਲਾਸ਼ ਹੈ, ਜੋ ਇਤਿਹਾਸ ਦੇ ਉਹ ਪੰਨੇ ਉਹਨਾਂ ਰਾਹੀਂ ਆਪਾਂ ਖੋਲ੍ਹ ਸਕਾਂਗੇ ਜੋ ਸਾਨੂੰ ਨਹੀਂ ਪਤਾ ਹੈ। ਔਰ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਜਿਹੜਾ ਸਾਡਾ ਇਹ ਧਰਮਸ਼ਾਲ ਸੀਰੀਜ਼ ਹੈ, ਇਹਦੇ ਜ਼ਰੀਏ ਅਸੀਂ ਆਉਣ ਵਾਲਾ ਜਿਹੜਾ ਸਾਡੀ ਜਨਰੇਸ਼ਨ ਹੈ ਉਹਦੇ ਤੱਕ ਜਿੰਨੀਆਂ ਕੁ ਚੀਜ਼ਾਂ ਆਪਾਂ ਜਮ੍ਹਾਂ ਕਰ ਸਕਦੇ ਹੋਣ ਉਹ ਜਮ੍ਹਾਂ ਕਰਕੇ ਉਹਨਾਂ ਤੱਕ ਪਹੁੰਚਾਈ ਜਾਏ। ਮੈਂ ਅੱਗੇ ਵੀ ਉੱਪਰ ਵੀ ਰਿਕੁਐਸਟ ਕੀਤੀ ਹੈ ਕਿ ਜਿਹੜੇ ਲੋਕ ਵੀ ਪਾਕਿਸਤਾਨ ਆਉਣ ਉਹ ਅਮੂਮਨ ਉਹਨਾਂ ਗੁਰਦੁਆਰਿਆਂ ਦੇ ਉੱਪਰ ਜਾਂਦੇ ਨੇ ਜਿਹੜੇ ਆਲਰੇਡੀ ਆਬਾਦ ਨੇ, ਇਹਨਾਂ ਥਾਵਾਂ 'ਤੇ ਆਉਂਦੇ ਨਹੀਂ ਹੈਗੇ। ਹਾਲਾਂਕਿ ਇਹ ਨਨਕਾਣਾ ਸਾਹਿਬ ਤੋਂ ਸਿਰਫ 50 ਕਿਲੋਮੀਟਰ ਦੀ ਦੂਰੀ 'ਤੇ ਹੈ, ਔਰ ਇਹਦੇ ਨਾਲ ਨਾਲ ਅਗਰ ਤੁਸੀਂ ਵੇਖੋਗੇ ਬਹੁਤ ਤਕੜਾ ਇਤਿਹਾਸ ਤੁਹਾਨੂੰ ਮਿਲੇਗਾ। ਇਹਦੇ ਨਾਲ ਹੀ ਜਿਹੜਾ ਹੈ ਉਹ ਕਾਲੂ ਖਾਰਾ ਰਾਮ ਥੰਮਨ ਜੀ ਦਾ ਇਤਿਹਾਸ ਹੈ, ਬਾਬਾ ਬੰਦਾ ਸਿੰਘ ਜੀ ਬਹਾਦਰ ਦਾ ਇਤਿਹਾਸ ਉਹਦੇ ਨਾਲ ਜੁੜਿਆ ਹੈ, ਗੁਰੂ ਨਾਨਕ ਦੇਵ ਜੀ ਦੇ ਮਸੇਰ ਪੁੱਤਰ ਸਨ, ਉਹਨਾਂ ਨੇ ਆਪਣਾ ਵੱਖਰਾ ਧਰਮ ਚਲਾਇਆ ਸੀ। ਇਸ ਤੋਂ ਇਲਾਵਾ ਉੱਥੇ ਬਹੁਤ ਸਾਰੀ ਬਹੁਤ ਵਾਰੀ ਗੁਰੂ ਨਾਨਕ ਪਾਤਸ਼ਾਹ ਗਏ ਨੇ, ਨਾਲ ਹੀ ਦਫਤੂ ਪਿੰਡ ਹੈ। ਇਸ ਇਲਾਕੇ ਦੇ ਵਿੱਚ ਅਗਰ ਇੱਕ ਦਿਨ ਦਾ ਵੀ ਜਿਹੜੇ ਬਾਹਰੋਂ ਲੋਕ ਆਉਂਦੇ ਨੇ ਉਹ ਟੂਰ ਕਰਨ, ਤਾਂ ਦੇਖੋ ਇਹ ਇਮਾਰਤਾਂ ਸਾਡੇ ਕਰਕੇ ਨੇ। ਜੇ ਅਸੀਂ ਆਵਾਂਗੇ ਤਾਂ ਸਾਨੂੰ ਪਤਾ ਲੱਗੇਗਾ, ਸਾਡੇ ਬੱਚਿਆਂ ਨੂੰ ਪਤਾ ਲੱਗੇਗਾ। ਸੋ ਡੈਫੀਨੇਟਲੀ ਜਿਹੜੇ ਲੋਕ ਆਉਂਦੇ ਨੇ ਉਹ ਵੀਡੀਓਗ੍ਰਾਫੀ ਨਾਲ ਲੈ ਕੇ ਜਾਂਦੇ ਨੇ, ਫੋਟੋਗ੍ਰਾਫੀ ਨਾਲ ਲੈ ਕੇ ਜਾਂਦੇ ਨੇ। ਸੋ ਆਲ ਦੁਆਲ ਦੇ ਲੋਕਾਂ ਨੂੰ ਪਤਾ ਲੱਗਦਾ ਹੈ, ਜਿਹੜੇ ਸਾਡੇ ਸਰਕਾਰਾਂ ਉਹਨਾਂ ਨੂੰ ਪਤਾ ਲੱਗਦਾ ਹੈ, ਫਿਰ ਉਹ ਇੱਕ ਜਿਹੜੀ ਸਾਡੀ ਕੋਸ਼ਿਸ਼ ਹੈ ਕਿ ਇਹੋ ਜਿਹੇ ਜਿਹੜੇ ਗੁਰਤਾਮ ਨੇ ਹਿਸਟੋਰੀਕਲ, ਕਿਉਂਕਿ ਵੇਖੋ 1500-1600 ਦੇ ਵਿੱਚ ਜਿਹੜੀ ਹੈ 16ਵੀਂ ਸਦੀ ਦੇ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਇੱਥੇ ਆਏ, 17ਵੀਂ ਸਦੀ ਦੇ ਵਿੱਚ ਜਿਹੜਾ ਹੈ ਉਹ ਇਸ ਥਾਂ ਦੇ ਨਾਲ ਭਾਈ ਸਹਿਬਾਜ ਸਿੰਘ, ਭਾਈ ਸ਼ੁਬੇਕ ਸਿੰਘ ਜੀ ਦਾ ਇਤਿਹਾਸ ਇਸ ਜਿਹੜਾ ਹੈ ਉਹ ਪਿੰਡ ਦੇ ਨਾਲ ਜੁੜਿਆ ਹੋਇਆ ਹੈ। ਸੋ ਇਸਦਾ ਮਕਸਦ ਜਿਹੜਾ ਹੈ ਉਹ ਇਹ ਨਹੀਂ ਹੈ ਕਿ ਅਸੀਂ ਕਿਸੇ ਜ਼ਾਤ ਧਰਮ ਕਿਸੇ ਮੁਲਕ ਦੇ ਖਿਲਾਫ਼ ਕੋਈ ਗੱਲ ਕਰਨਾ ਚਾਹੁੰਦੇ ਹਾਂ, ਲੇਕਿਨ ਸਾਡਾ ਮਕਸਦ ਇਹ ਹੈ ਕਿ ਜਿਹੜੀ ਸਾਡਾ ਇਤਿਹਾਸ ਹੈ ਉਹਨੂੰ ਬਚਾਇਆ ਜਾਏ, ਨਾ ਸਿਰਫ ਬਚਾਇਆ ਜਾਏ ਬਲਕਿ ਆਉਣ ਵਾਲੀ ਜਨਰੇਸ਼ਨ ਤੱਕ ਪਹੁੰਚਾਇਆ ਜਾਏ। ਸੋ ਮੈਂ ਸਪੈਸ਼ਲੀ ਸ਼ੁਕਰਗੁਜ਼ਾਰ ਹਾਂ ਜੰਬਰ ਕਲਾਂ ਦੇ ਪਿੰਡ ਵਾਸੀ ਦਾ। ਅਮੂਮਨ ਰਸ਼ ਲੱਗ ਜਾਂਦਾ ਹੈ, ਕਾਫੀ ਲੋਕ ਆ ਜਾਂਦੇ ਨੇ, ਗੱਲ ਕਰਨ 'ਚ ਬੜੀ ਦੁਸ਼ਵਾਰੀ ਵੀ ਹੋ ਜਾਂਦੀ। ਅੱਜ ਵੀ ਅਜਿਹਾ ਹੋਇਆ ਕਿ ਇੱਕ ਟਾਈਮ 'ਤੇ ਸਾਨੂੰ ਗੁਰਦੁਆਰਾ ਸਾਹਿਬ ਤੋਂ ਜਾਣਾ ਪਿਆ, ਫਿਰ ਦੁਬਾਰਾ ਆ ਕੇ ਅਸੀਂ ਰਿਕਾਰਡਿੰਗ ਕਰ ਰਹੇ ਹਾਂ। ਸੋ ਹੋਪਫੁਲੀ ਇਸ ਤਰ੍ਹਾਂ ਦੇ ਪ੍ਰੋਗਰਾਮ ਆਪ ਜੀ ਦੇ ਰੂਬਰੂ ਕਰਦੇ ਰਹਾਂਗੇ। ਮਿਲਦੇ ਹਾਂ ਫਿਰ, ਰੱਬ ਰੱਖੇ।